ਪੰਜਾਬੀ ਸਟੱਡੀ ਪਾਂ 60th ਦੇਖ ਰਹੇ ਸਾਰੇ ਹੀ ভিউਅਸ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਮੈਂ ਅਮਰਜੀਤ ਕੋ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਾਨੂੰ ਪੇਸ਼ ਹੈਗੀ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀ ਦਾ ਚੌਥਾ ਸਮੈਸਟਰ ਉਸ ਦੀ ਇਲੈਕਟਿਵ ਪੰਜਾਬੀ ਦੀ ਇੱਕ ਟੈਕਸਟ ਬੁੱਕ ਜਿਸ ਦਾ ਨਾਮ ਹੈ ਕਥਾ ਪ੍ਰਵਾਹ ਇੱਕ ਕਹਾਣੀ ਸੰਗ੍ਰਹਿ ਤੇ ਇਸ ਨੂੰ ਪ੍ਰੋਫੈਸਰ ਸੁਰੇਂਦਰ ਕੁਮਾਰ ਦਵੇਸ਼ਰ ਜੀ ਨੇ ਸੰਪਾਦਿਤ ਕੀਤਾ ਹੈਗਾ ਤੇ ਇਸ ਕਹਾਣੀ ਸੰਗ੍ਰਹਿ ਦੇ ਵਿੱਚੋਂ ਆਪਾਂ ਇੱਕ ਕਹਾਣੀ ਪੜਾਂਗੇ ਅੱਜ ਪਹਿਲੀ ਕਹਾਣੀ ਹੈ ਜਿਸ ਦਾ ਸਰਲੇਖ ਹੈਗਾ ਆਲਣੇ ਦੇ ਬੋਟ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਕੁੱਲ 12 ਕਹਾਣੀਆਂ ਦਰਜ ਹੈਗੀਆਂ ਨੇ ਜਿਵੇਂ ਕਿ ਪਹਿਲੀ ਕਹਾਣੀ ਗੁਰਮukh Singh ਮੁਸਾਫਰ ਜੀ ਦੀ ਹੈ ਦੂਸਰੀ ਸੰਤ ਸਿੰਘ ਸਿੱਖ ਹੁੰਦੀ ਹੈ ਪੱਤਾ ਤੀਸਰੀ ਕਹਾਣੀ ਹੈ ਜ਼ੀਨਾ ਤਾਪਾ ਕਰਤਾਰ ਸਿੰਘ ਦੁੱਗਲ ਜੀ ਦੀ ਸਵੇਰ ਹੋਣ ਤੱਕ ਸੰਤੋਖ ਸਿੰਘ ਧੀਰ ਜੀ ਸ਼ੇਰਨੀਆ ਕੁਲਵੰਤ ਸਿੰਘ ਵੇਰਕ ਦੀ ਇਸੇ ਤਰ੍ਹਾਂ ਹੀ ਜਿਹੜੀਆਂ ਸਾਡੇ ਕੋਲ 12 ਕਹਾਣੀਆਂ ਨੇ ਸਾਡੇ ਸਿਲੇਬਸ ਦੇ ਵਿੱਚੋਂ ਤੇ ਅੱਜ ਆਪਾਂ ਪਹਿਲੀ ਕਹਾਣੀ ਆਲਣੇ ਦੇ ਬੋਟ ਇਸ ਨੂੰ ਅਸ਼ੀਰੀ ਗੁਰਮukh ਸਿੰਘ ਮੁਸਾਫਰ ਜੀ ਨੇ ਲਿਖਿਆ ਹੈਗਾ ਤੇ ਇਸ ਨੂੰ ਆਪਾਂ ਇਨਵਿਨ ਪੜਾਂਗੇ ਫਿਰ ਇਸ ਤੋਂ ਬਾਅਦ ਇਸ ਕਹਾਣੀ ਦੇ ਨਾਲ ਸੰਬੰਧਿਤ ਬਣਦੇ ਪ੍ਰਸ਼ਨ ਉੱਤਰ ਜੋ ਕਿ ਪ੍ਰੀਖਿਆ ਤੇ ਦ੍ਰਿਸ਼ਟੀ ਤੋਂ ਬੜੇ ਮਹੱਤਵਪੂਰਣੇ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਵਾਚਾਂਗੇ ਸੋ ਕਹਾਣੀ ਹੈ ਸਾਡੀ ਆਲਣੇ ਦੇ ਬੁੱਢ ਤੇ ਇਸ ਕਹਾਣੀ ਨੂੰ ਜਿਹੜਾ ਹੈ ਗੁਰਮukh ਸਿੰਘ ਮੁਸਾਫਰ ਜੀ ਨੇ ਲਿਖਿਆ ਹੈ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਜੂਝਣ ਵਾਲੇ ਤੇ ਜੇਲ੍ਹਾਂ ਵਿੱਚ ਕੈਦ ਰਹਿਣ ਵਾਲੇ ਵਿਅਕਤੀਆਂ ਦੀ ਕੁਰਬਾਨੀ ਅਤੇ ਉਸ ਦੇ ਪਰਿਵਾਰ ਦੇ ਉੱਤੇ ਜੋ ਦੁੱਖ ਉਹ ਸਹਿਣ ਕਰਦੇ ਹੈਗੇ ਨੇ ਉਹਨਾਂ ਦਾ ਬੜਾ ਹੀ ਦਰਦਮਈ ਵਰਣਨ ਕੀਤਾ ਹੈ। ਸਾਲ 1942 22 ਅਗਸਤ ਜੋ ਨੋਪੋਲਸ ਉਸ ਨੂੰ ਫੜ ਨਹੀਂ ਉਸ ਦੀ ਘਰਵਾਲੀ ਦਾ ਦਿਲ ਟੜ ਗਿਆ ਕੰਨ ਖੜੋ ਗਏ ਉਹ ਆਪ ਲਿਖਣ ਕਮਰੇ ਵਿੱਚ ਸੀ ਜੇ ਸੰਭਵ ਹੋ ਸਕਦਾ ਤਾਂ ਉਸ ਦੀ ਘਰਵਾਲੀ ਅੱਜ ਉਸ ਨੂੰ ਕਿਸੇ ਅਣਲੱਭ ਥਾਂ ਤੇ ਲੁਕਾ ਦਿੰਦੀ ਅਣਲੱਭ ਮਤਲਬ ਗੁਪਤ ਜਗ੍ਹਾ ਤੇ ਜਿੱਥੇ ਕੋਈ ਉਸ ਨੂੰ ਲੱਭ ਨਾ ਸਕੇ ਜੇ ਉਹ ਜਾਦੂ ਵਿੱਦਿਆ ਜਾਣਦੀ ਹੁੰਦੀ ਤਾਂ ਘੱਟੋ ਘੱਟ ਇੱਕ ਹਫ਼ਤੇ ਦੇ ਲਈ ਜ਼ਰੂਰ ਐਸਾ ਜਾਦੂ ਲਾ ਲਵੇ ਕਿ ਉਸਦੇ ਪਤੀ ਨੂੰ ਪੁਲਿਸ ਦੀਆਂ ਅੱਖਾਂ ਨਾ ਵੇਖ ਸਕਣ ਪਰ ਉਹ ਆਪ ਉਸ ਨੂੰ ਵੇਖਦੀ ਰਹੇ ਹੱਥ ਕੜੀਆਂ ਦੀ ਸ਼ਿੰਕਾਰ ਤੇ ਪੁਲਸੀ ਬੂਟਾਂ ਦੀ ਖੜਖੜਾਹਟ ਤੋਂ ਤਾਂ ਉਸ ਦੀ ਘਰ ਵਾਲੀ ਦੇ ਕੰਨ ਪੁਰਾਣੇ ਜਾਣੂ ਸੀ ਅਜੇ ਪਿਛਲੇ ਸਾਲ ਇਸ ਨੇ ਆਪ ਉਸ ਨੂੰ ਫੁੱਲਾਂ ਦਾ ਹਾਰ ਪਾ ਕੇ ਪੁਲਿਸ ਦੇ ਨਾਲ ਖੁਸ਼ੀ-ਖੁਸ਼ੀ ਧੋਰਿਆ ਸੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਅੱਜ ਇਹ ਧੜਕਣ ਅਤੇ ਸਾਤਾ ਪਰ ਹੋਰ ਆਪਣੇ ਗੋੜ ਰੱਖਣ ਦੀ ਢਾਟ ਕਣ ਕਿਉਂ ਹੁਣ ਕਹਿਣ ਦਾ ਭਾਵ ਕੀ ਹੈ ਵੀ ਇਹ ਉਸਦੀ ਪਤਨੀ ਸੀ ਜਿਹੜੀ ਉਸ ਨੂੰ ਪਹਿਲਾਂ ਹਮੇਸ਼ਾ ਹੀ ਸਤਕਾar ਦੇ ਨਾਲ ਬੜੀ ਖੁਸ਼ੀ ਦੇ ਨਾਲ ਫੁੱਲਾਂ ਦੇ ਹਾਰ ਪਾ ਕੇ ਭੇਜਦੀ ਸੀਗੀ ਪਰ ਇਸ ਵਾਰ ਕਿਉਂ ਉਹਦਾ ਮਨ ਦੇ ਵਿੱਚ ਢਾਟਣਾ ਸੀ ਹੁਣ ਉਹਦਾ ਕਾਰਨ ਦੱਸੇਗਾ ਇਹ ਗੱਲ ਇਹ ਹੈ ਕਿ ਇਹਨਾਂ ਦੀ ਵੱਡੀ ਲੜਕੀ 2 ਮਹੀਨਿਆਂ ਤੋਂ ਬਿਮਾਰ ਹੈ 21 ਅਗਸਤ ਨੂੰ ਉਸ ਦਾ ਬੁਖਾਰ ਹੈ 104 ਅੰਦਰਜੇ ਤੇ ਸੀ ਤੇ ਅੱਜ ਅਚਾਨਕ ਟੁੱਟ ਗਿਆ ਹੈ ਉਹ ਲੜਕੀ ਨੂੰ ਬਿਮਾਰੀ ਵਿੱਚ ਹੀ ਛੱਡ ਕੇ ਬੰਬਈ ਸਰਵਹਿੰਦ ਕਾਂਗਰਸ ਦੀ ਮੀਟਿੰਗ ਤੇ ਚਲਾ ਗਿਆ ਸੀ ਉਸੇ 9 ਅਗਸਤ ਵਾਲੀ ਮੀਟਿੰਗ ਵਿੱਚ ਜਿਸ ਨੇ ਹਿੰਦੁਸਤਾਨ ਛੱਡ ਦਿਓ ਵਾਲਾ ਮਤਾ ਪਾਸ ਕੀਤਾ ਸੀ ਅੱਜ ਉਸ ਦੀ ਘਰ ਵਾਲੀ ਦਾ ਖਿਆਲ ਹੈ ਕਿ ਜੇ ਇਹ ਹਫਤਾ ਪਰ ਹੋਰ ਘਰ ਰਹਿ ਜਵੇ ਤਾਂ ਸ਼ਾਇਦ ਲੜਕੀ ਦੇ ਮਨ ਤੇ ਚੰਗਾ ਅਸਰ ਪਵੇ ਪਰ ਘਰ ਵਾਲੀ ਦੀ ਇਹ ਇੱਛਾ ਪੂਰੀ ਨਾ ਹੋਣੀ ਸੀ ਤੇ ਨਾ ਹੀ ਹੋਈ ਇਸ ਤਰ੍ਹਾਂ ਦੀ ਇੱਛਾ ਤੇ ਉਦੋਂ ਵੀ ਕਈ ਵਾਰ ਪੂਰੀ ਨਹੀਂ ਸੀ ਹੋਈ ਜਦੋਂ ਘਰ ਵਿੱਚ ਟਿੱਕੇ ਰਹਿਣਾ ਇਸ ਦੇ ਪਤੀ ਨੇ ਆਪਣੇ ਆਪਣੇ ਵਸ ਵਿੱਚ ਹੁੰਦਾ ਸੀ ਥੋੜੇ ਚਿਰ ਵਿੱਚ ਹੀ ਮੁਹੱਲੇ ਵਾਲਿਆਂ ਨੇ ਵੇਖਿਆ ਕਿ ਉਸ ਦੀ ਘਰ ਵਾਲੀ ਉਦਾਸ ਜਿਹਾ ਹਾਸਾ ਹੱਸਦੀ ਫੁੱਲਾਂ ਦੇ ਹਾਰ ਉਸ ਦੇ ਗਲ ਵਿੱਚ ਪਾ ਰਹੀ ਹੈ ਪੁਲਿਸ ਨਾਲ ਟਾਂਗੇ ਵਿੱਚ ਬਹਿਣ ਲੱਗਿਆਂ ਉਸ ਦੇ ਕੰਨਾਂ ਨੇ ਸੁਣਿਆ ਬੜੀ ਕੁਰਬਾਨੀ ਹੈ ਨਿੱਕੇ ਨਿੱਕੇ ਬਾਲ ਬੱਚੇ ਨੇ ਭੀੜ ਨੂੰ ਸੰਬੋਧਨ ਕਰਕੇ ਉਸਨੇ ਉਹੀ ਪਿਛਲੇ ਸਾਲ ਵਾਲੇ ਸ਼ਬਦ ਦੁਹਰਾਏ ਕੁਰਬਾਨੀ ਕਿਸ ਦੀ ਜੀਂਦੇ ਰਹੇ ਮੇਰੇ ਬੱਚਿਆਂ ਦੀ ਮਾਂ ਇਹਦਾ ਪਾਵ ਕੀ ਹੈ ਕਿ ਉਹ ਜਿਹੜਾ ਹੈ ਉਹ ਇਹ ਜ਼ਾਹਰ ਨਹੀਂ ਕਰਦਾ ਕਿ ਉਹ ਕੁਰਬਾਨੀ ਕਰ ਰਿਹਾ ਹੈ ਉਹ ਕੀ ਕਹਿ ਰਿਹਾ ਵੀ ਉਸਦੇ ਬੱਚਿਆਂ ਦੀ ਮਾਂ ਜਿਉਂਦੀ ਰਹੇ ਜੋ ਕਿ ਘਰ ਪਰਿਵਾਰ ਨੂੰ ਸੰਭਾਲਦੀ ਹੈਗੀ ਆ ਤੇ ਚਿੱਠੀਆਂ ਤਾਰਾਂ ਅਖਬਾਰਾਂ ਮੁਲਾਕਾਤਾਂ ਸਭ ਬੰਦ ਹਨ ਇਹਨਾਂ ਗੱਲਾਂ ਸਬੰਧੀ ਜੇਲਾ ਅੰਦਰ 1922 ਵਿੱਚ ਵੀ ਇੰਨੀਆਂ ਪਾਬੰਦੀਆਂ ਨਹੀਂ ਸਨ ਸ਼ਾਹਪੁਰ ਜੇੜ ਵਿੱਚ ਜਦੋਂ ਵੀ ਕੋਈ ਨਵਾਂ ਕੈਦੀ ਆਉਂਦਾ ਹੈ ਸਾਰੇ ਉਸਦੇ ਦੁਆਲੇ ਹੋ ਜਾਂਦੇ ਹਨ ਉਹਦਾ ਕਾਰਨ ਕੀ ਹੈ ਵੀ ਉਸ ਤੋਂ ਹੋਰ ਉਹਨਾਂ ਦੇ ਘਰਾਂ ਦਾ ਹਾਲਚਲ ਪੁੱਛਦੇ ਹੈਗੇ ਨੇ ਪੰਜਾਬ ਭਾਰ ਦੇ ਲਗਭਗ ਸਾਰੇ ਮੁਖੀ ਕਾਂਗਰਸੀ ਇਸ ਵੇਲੇ ਇਸੇ ਜੇਲ੍ਹ ਵਿੱਚ ਹਨ ਇਸੇ 1842 ਦੇ ਦਸੰਬਰ ਦੀ ਕੋਈ ਤਰੀਕ ਹੈ ਮੁੰਸ਼ੀ ਹਰੀ ਲਾਲ ਲਾਹੌਰ ਹਾਈ ਕੋਰਟ ਵਿੱਚੋਂ ਕਿਸੇ ਹੋਰ ਮੁਕਦਮੇ ਦੀ ਤਰੀਕ ਪੁੱਤ ਕੇ ਵਾਪਸ ਸ਼ਾਹਪੁਰ ਜੇਲ੍ਹ ਵਿੱਚ ਆਏ ਆਪ ਦੇ ਪਿਤਾ ਦਾ ਬੜਾ ਅਫਸੋਸ ਹੈ ਮੁੰਸ਼ੀ ਜੀ ਦੇ ਮੁਹ ਉਹ ਇਹ ਲਾਫਜ਼ ਸੁਣ ਕੇ ਉਹ ਹੱਕਾ ਬੱਕਾ ਰਹਿ ਗਿਆ ਹੁਣ ਕਹਿਣ ਦਾ ਮੁੱਖ ਪਾਤਰ ਹੈ ਉਸ ਨੂੰ ਪਤਾ ਨਹੀਂ ਸੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਹੈ ਤੁਹਾਨੂੰ ਪਤਾ ਨਹੀਂ ਕੋਈ ਉੱਤਰ ਨਾ ਸੁਣ ਕੇ ਮੁੰਸ਼ੀ ਜੀ ਨੇ ਕਿਹਾ ਉਹਨਾਂ ਨੂੰ ਤਾਂ ਚੋਖੇ ਦਿਨ ਹੋ ਗਏ ਨੇ ਉਸ ਦੀ ਚੀਸ ਨਿਕਲ ਗਈ ਪਰ ਉਹ ਆਲਾ ਦਵਾਲਾ ਵੇਖ ਕੇ ਦੂਜੇ ਪਾਲ ਹੀ ਗੰਭੀਰ ਹੋ ਗਿਆ ਵੇਖੋ ਜੀ ਤਵੇਤ ਦਾ ਬੇਫਿਕਰਾ ਤੇ ਲਾਪਰਵਾਹ ਜਿਆ ਹੁੰਦਿਆਂ ਵੀ ਬੱਡੀ ਲੜਕੀ ਦੀ ਕੋਈ ਖ਼ਬਰ ਨਾ ਮਿਲਣ ਕਰਕੇ ਸ਼ੁਰੂ ਵਿੱਚ ਕੁਝ ਬੇਚੈਨ ਸੀ ਹੁਣ ਨਾ ਮੇ ਵਿਪਤਾ ਆਣ ਪਈ ਸੂ ਇੱਕ ਸਾਥੀ ਦੀ ਇਹ ਗੱਲ ਸੁਣ ਕੇ ਉਸ ਦੇ ਦੂਜੇ بڑے ਨੇੜੇ ਦੇ ਸਾਥੀ ਨੇ ਕਿਹਾ ਪਿਤਾ ਜੀ ਦਾ ਇਸ ਨੂੰ ਬੜਾ ਆਸਰਾ ਸੀ ਇਸ ਦੀ ਗੈਰ ਹਾਜ਼ਰੀ ਵਿੱਚ ਇਸ ਦੀ ਘਰ ਵਾਲੀ ਬੱਚਿਆਂ ਨੂੰ ਲੈ ਕੇ ਪਿੰਡ ਜਾ ਬਹਿੜਦੀ ਸੀ ਤੇ ਘਰ ਦੇ ਦਾਣਿਆਂ ਤੇ ਟੁੱਕ ਟੋਰਾ ਟੋੜ ਲੈਂਦੀ ਸੀ ਹੁਣ ਉਹ ਸਾਂਝੀ ਵੀ ਮੁੱਕ ਗਈ ਸਾਥੀ ਉਸਦੇ ਤਵਾਲੇ ਇਕੱਠੇ ਹੋ ਕੇ ਇਸ ਤਰ੍ਹਾਂ ਦੀ ਚਰਚਾ ਕਰਨ ਲੱਗ ਪਏ ਮਤਲਬ ਉਹਦੇ ਨਾਲ ਅਫਸੋਸ ਕਰਨ ਲੱਗ ਪਏ ਪਰ ਉਸ ਦਾ ਮਨ ਇਕਾਂਤ ਚਾਹੁੰਦਾ ਸੀ ਰਾਤ देर तक ਉਸ ਦੀ ਕੋਠੜੀ ਵਿੱਚ ਲੈਂਪ ਜਗਦੀ ਰਹੀ ਸਵੇਰੇ ਕਿਸੇ ਤਰ੍ਹਾਂ ਜੇੜ ਦੇ ਦਫ਼ਤਰੋਂ ਗੱਲ ਨਿਕਲੀ ਕਿ ਉਸਦੇ ਪਿਤਾ ਜੀ ਦੀ ਬਿਮਾਰੀ ਤੇ ਫਿਰ ਗੁਜ਼ਰ ਜਾਣ ਦੀਆਂ ਤਾਰਾਂ ਆਈਆਂ ਸਨ ਪਰ ਕਿਸੇ ਨੇ ਉਸ ਨੂੰ ਦੱਸਿਆ ਨਹੀਂ ਸੀ ਇੱਥੋਂ ਪਤਾ ਲੱਗਦਾ ਹੈ ਨਾ ਕਿ ਕੈਦ ਫਿਰ ਵੀ ਕੈਦ ਹੈ ਇੱਕ ਦੀ ਗੱਲ ਸੁਣ ਕੇ ਦੂਜੇ ਨੇ ਕਿਹਾ ਹੋਰ ਅੰਦਰ ਦੁੱਖ ਹੈ ਕਿ ਕੀ ਉਸ ਦੇ ਮਨ ਵਿੱਚ ਬੜੀ ਧੀਰ ਤੱਕ ਇਹ ਜਾਣਨ ਦੀ ਚਾਹ ਬਣੀ ਰਹੀ ਕਿ ਪਿਤਾ ਜੀ ਕਿੱਥੇ ਤੇ ਕਿਸ ਬਿਮਾਰੀ ਦੇ ਨਾਲ ਗੁਜ਼ਰੇ ਸਨ ਹੁਣ ਮੁੱਖ ਪਾਤਰ ਦੀ ਮਨ ਦੀ ਗੱਲ ਹੈਗੀ ਹੈ ਕੋਈ दारू दारमल ਵੀ ਹੋਇਆ ਕਿ ਨਹੀਂ ਇੱਕ ਸਾਥੀ ਕੈਦੀ ਦੇ ਪੁੱਛਣ ਤੇ ਕਿ ਕੀ ਆਪ ਦੀ ਮਾਤਾ ਜੀ ਜਿੰਦਾ ਹਨ ਉਸ ਦਾ ਠੰਡਾ ਹੋ ਕੇ ਹੌਕਾ ਭਰ ਕੇ ਕਿਹਾ ਮੇਰੇ ਪਿਤਾ ਜੀ ਹੀ ਮੇਰੀ ਮਾਤਾ ਸੀ ਸ਼ਾਹਪੁਰ ਜੇਲ੍ਹ ਦੇ ਰਾਜਸੀ ਨਾਜ਼ਰਬੰਦਾਂ ਨੂੰ ਸਿਆਲਕੋਟ ਮੀਆਂਵਾਲੀ ਤੇ ਮਲਤਾਨ ਆਦ ਜ਼ਿਲ੍ਹਿਆਂ ਵਿੱਚ ਬਦਲਣ ਦੇ ਆਰਡਰ ਹੋ ਗਏ। ਸਿਆਲਕੋਟ ਜਾਣ ਸਮੇਂ ਸਿਆਲਕੋਟ ਜਾਣ ਵਾਲੇ ਕੈਦੀਆਂ ਦੀ ਗੱਡੀ ਵਜ਼ੀਰਾਵਾਦ ਦੇ ਸਟੇਸ਼ਨ ਤੇ ਪੁੱਜੀ। ਪਲੇਟਫਾਰਮ ਦੇ ਦੂਜੇ ਪਾਸਿਓਂ ਕੈਦੀਆਂ ਦੇ ਡੱਬਿਆਂ ਵਿੱਚ ਬਾਰੀਆਂ ਰਾਹੀਂ ਛਾਤਾਂ ਪਾਣੀ ਸ਼ੁਰੂ ਹੋ ਗਈਆਂ। ਰਾਖੇ ਪੁਲਸੀਆਂ ਦੇ ਮੂੰਹ ਓਏ ਓਏ ਦੀਆਂ ਆਵਾਜ਼ਾਂ ਵੀ ਆ ਰਹੀਆਂ ਹਨ। ਇੱਕ ਸੌਲੇ ਜਿਹੇ ਰੰਗ ਦੇ ਖੁਸ਼ਪੋਸ਼ ਨੌਜਵਾਨ ਨੇ ਉਸਦੇ ਡੱਬੇ ਦੀ ਬਾਰੀ ਵਿੱਚ ਅੰਦਰ ਚੱਕਿਆ ਉਹ ਬਾਰੀਏ ਨਾਲ ਹੀ ਬੈਠਾ ਹੈ ਕੁਝ ਚਿਰ ਅੱਖਾਂ ਨੇ ਹੀ ਸੁਬਾਨ ਦਾ ਕੰਮ ਕੀਤਾ ਅਖੀਰ ਬਾਹਰੋਂ ਆਏ ਨੌਜਵਾਨ ਦੀ ਜਵਾਨ ਵਿੱਚ ਚੁੱਪ ਤੋੜਨ ਦੀ ਸੱਤਾ ਆਈ یوں ਜਾਪਿਆ ਜਿਵੇਂ ਕਿਸੇ ਗੰਭੀਰ ਅਦਾਲਤ ਦੇ ਸਾਹਮਣੇ ਗਵਾਹ ਜਾਂ ਮੁਲਜ਼ਮ ਦੇ ਬਿਆਨ ਹੋ ਰਹੇ ਹੋਣ ਪਿਤਾ ਜੀ ਦੀ ਬਿਮਾਰੀ ਦੀ ਧਾਰ ਮੈਨੂੰ ਲਾਹੌਰ ਮਿਲੀ ਹਾਲਤ ਉਹਨਾਂ ਦੀ ਯਕਲਖਤ ਇਤਨੀ ਖਰਾਬ ਹੋ ਗਈ ਕਿ ਪਿੰਡ ਵਿੱਚ ਕੋਈ ਇਲਾਜ ਨਹੀਂ ਸੀ ਹੋ ਸਕਦਾ ਯਕਲਖਤ ਦਾ ਅਰਥ ਹੁੰਦਾ ਹੈ ਅਚਾਨਕ ਤੇ ਸ਼ਹਿਰ ਤੱਕ ਲਿਉਣਾ ਬੜਾ ਔਖਾ ਦਿਸਦਾ ਸੀ ਅਖੀਰ ਮੈਂ ਉਹਨਾਂ ਨੂੰ ਲਾਹੌਰ ਲੈ ਆਇਆ ਉਹਨਾਂ ਨੂੰ ਜਦੋਂ ਹੋਸ਼ ਆਏ ਉਹ ਕਹਿਣ ਸ਼ਾਹਪੁਰ ਲੈ ਚੱਲੋ ਜਾਂ ਉਸ ਨੂੰ ਬੁਲਾਓ ਹੁਣ ਕਹਿਣਾ ਦਾਤਲਾ ਕੀ ਉਹ ਜਿਹੜਾ ਹੈ ਪਿਤਾ ਹੈ ਉਸ ਮੁੱਖ ਨਾਇਕ ਦਾ ਉਹ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦਾ ਸੀਗਾ ਇਲਾਜ ਵਿੱਚ ਅਸੀਂ ਕੋਸਰ ਨਹੀਂ ਛੱਡੀ ਪਰ ਹੁਣ ਤੁਹਾਨੂੰ ਕਿੱਥੋਂ ਪਾਇਦਾ ਕਰੀਏ ਸਾਡੀਆਂ ਤਾਰਾਂ ਚਿੱਠੀਆਂ ਦਾ ਕੋਈ ਉੱਤਰ ਸਰਕਾਰ ਵੱਲੋਂ ਨਾ ਮਿਲਿਆ ਤੁਹਾਡੀ ਬਾਬਤ ਅੰਤਲੇ ਸੁਆਸ ਲੈਂਦੇ ਹਾਂ ਪਿਤਾ ਜੀ ਦੇ ਸੁੱਕ ਦੇ ਬੋਲਣਾ ਤੇ ਇਹ ਸ਼ਬਦ ਸਨ ਹੱਛਾ ਜੇ ਉਹ ਮੈਨੂੰ ਨਹੀਂ ਮਿਲ ਸਕਦਾ ਤਾਂ ਮੇਰੀਆਂ ਹੱਡੀਆਂ ਉਸਦੇ ਆਉਣ ਤੱਕ ਸੰਭਾਲ ਰੱਖਣੀ ਆ ਇਹ ਆਖਰੀ ਲਫ਼ਜ਼ ਜੀ ਨੌਜਵਾਨ ਦੀ ਮੂੰਹ ਵਿੱਚ ਹੀ ਸਨ ਕਿ ਇੱਕ ਪੁਲਿਸ ਅਫਸਰ ਨੇ ਬਾਹੋਂ ਫੜ ਕੇ ਉਸ ਨੂੰ ਡੱਬੇ ਦੀ ਬਾਰੀ ਨਾਲੋਂ ਪਿੱਛੇ ਹਟਾ ਦਿੱਤਾ ਗੱਡੀ ਪਲੇਟਫਾਰਮ ਤੋਂ ਨਿਕਲ ਕੇ ਨਿਕਲ ਜਾਣ ਤੱਕ ਉਹ ਦੋਵੇਂ ਇੱਕ ਦੂਜੇ ਨੂੰ ਚੁੱਪਚਾਪ ਵੇਖਦੇ ਰਹੇ ਸਨ ਕਹਿਣ ਦਾ ਮਤਲਬ ਕੀ ਹੈ ਨਾਇਕ ਨੂੰ ਆਪਣੇ ਪਿਤਾ ਦੇ ਬਾਰੇ ਉਸ ਨੌਜਵਾਨ ਤੋਂ ਹੀ ਪਤਾ ਲੱਗਿਆ ਵੀ ਕਿਸ ਤਰ੍ਹਾਂ ਉਹ ਉਸ ਨੂੰ ਉਡੀਕ ਰਹੇ ਸਨ ਵੱਡੀ ਲੜਕੀ ਫੇਰ ਬਿਮਾਰ ਹੋ ਗਈ ਹੈ ਆਪ ਤੋਂ ਛੋਟਾ ਉਸ ਨੂੰ ਲਾਹੌਰ ਲੈ ਗਿਆ ਸੀ ਤਾ ਡਾਕਟਰ ਵਿਗ ਨੇ ਵੇਖ ਚਾ ਕੇ ਠੰਡੀ ਜਗ੍ਹਾ ਤੇ ਲੈ ਜਾਣ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਮੰਜੇ ਤੇ ਪੈ ਰਹਿਣ ਲਈ ਕਿਹਾ ਹੈ ਗਰਮੀ ਇੱਥੇ ਸਖਤ ਹੋ ਗਈ ਹੈ ਉਹ ਕੋਠੇ ਤੇ ਚੜ ਨਹੀਂ ਸਕਦੀ ਇਸ ਲਈ ਮੈਨੂੰ ਵੀ ਥੱਲੇ ਹੀ ਉਸ ਨਾਲ ਜਾਣਾ ਰਹਿਣਾ ਪੈਂਦਾ ਹੈ ਇੱਕ ਦਿਨ ਇੱਕ ਦੇਸੀ ਹਕੀਮ ਦੀ ਦਵਾਈ ਵਰਤ ਰਹੇ ਹਾਂ ਚਿੱਠੀਆਂ ਖੁੱਲ ਜਾਣ ਪਿੱਛੋਂ ਸਿਆਲਕੋਟ ਜੇਲ੍ਹ ਵਿੱਚ ਉਸ ਦੀ ਘਰਵਾਲੀ ਦੀ ਇਹ ਪਹਿਲੀ ਚਿੱਠੀ ਮਿਲ ਗਈ ਹੈਣਾ ਮਤਲਬ ਕਿ ਜਦੋਂ ਫਿਰ ਕਦਿਆਂ ਚਿੱਠੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਫਿਰ ਉਸ ਨੂੰ ਇਹ ਚਿੱਠੀ ਆਈ ਸੀ ਥੋੜਾ ਚਿਰ ਬਾਅਦ ਨੂੰ ਇੱਕ ਹੋਰ ਚਿੱਠੀ ਆਈ ਵੱਡੇ ਤੋਂ ਨਿੱਕਾ ਦਰਖਤ ਤੋਂ ਡਿੱਗਾ ਹੈ ਉਸ ਦੀਆਂ ਦੋਵੇਂ ਬਾਹਾਂ ਟੁੱਟ ਗਈਆਂ ਜਾਪਦੀਆਂ ਨੇ ਡਾਕਟਰ ਕਿਸੇ ਨੂੰ ਸਮਝ ਨਹੀਂ ਆਉਂਦੀ ਗੁਜਰਾਤ ਦੇ ਜ਼ਿਲ੍ਹੇ ਵਿੱਚ ਇੱਕ ਸਿਆਣਾ ਦੱਸਦੇ ਹਨ ਪਰothe ਜਾਵੇ ਕੌਣ ਵੱਡਾ ਪੀਏ ਦਾ ਇਮਤਿਹਾਨ ਦੇ ਕੇ ਬੰਬਈ ਚਲਾ ਗਿਆ ਹੈ ਕੋਈ ਕੰਮ ਢੂੰਡੇਗਾ ਇਸ ਤੋਂ ਬਿਨਾ ਹੁਣ ਰੋਟੀ ਟੁਰਨੀ ਔਖੀ ਦਿਸਦੀ ਹੈ ਪੀਤਰਾ ਜੀ ਤੇ ਹੁੰਦੀਆਂ ਹੋਰ ਗੱਲ ਸੀ ਘਰ ਵਾਲੀ ਦੀ ਇਹ ਚਿੱਠੀ ਪੜ੍ਹ ਕੇ ਉਹ ਸੋਚੀ ਪਿਆ ਹੈ ਤੇ ਹਰ ਇੱਕ ਦੇ ਨਾਲ ਚਰਚਾ ਕਰਦਾ ਹੈ ਕਿ ਚਿੱਠੀਆਂ ਖੁੱਲ ਜਾਣ ਦਾ ਕਿ ਆਦੀਆਂ ਨੂੰ ਲਾਭ ਹੈ ਕਿ ਨੁਕਸਾਨ ਕਹਿਣ ਦਾ ਭਾਵ ਕੀ ਹੈ ਉਹਨੂੰ ਲੱਗਦਾ ਹੈ ਵੀ ਜੇ ਘਰ ਦੇ ਹਾਲਾਤ ਉਹਨੂੰ ਪਤਾ ਲੱਗਦੇ ਨੇ ਕੇਵਰ ਉਹ ਦੁਖੀ ਹੁੰਦਾ ਹਨ ਵੀ ਜੇ ਨਹੀਂ ਪਤਾ ਲੱਗਦਾ ਤਾਂ ਵੀ ਉਹ ਦੁਖੀ ਹੁੰਦਾ ਵੀ ਇਹਦਾ ਚਿੱਠੀਆਂ ਦੇ ਮਿਲਣ ਦਾ ਉਹਨੂੰ ਫਾਇਦਾ ਹੈ ਜਾਂ ਨੁਕਸਾਨ ਇਸ ਬਾਰੇ ਉਹ ਸੋਚਦਾ ਹੈਗਾ ਬੱਡੀ ਤੋਂ ਨਿੱਕੀ ਨੇ ਪਹਿਲੇ ਦਰਜੇ ਵਿੱਚ 10ਵੀਂ ਪਾਸ ਕਰ ਲਈ ਹੈ। ਵੱਡੇ ਦਾ ਵੀ ਨਤੀਜਾ ਨਿਕਲ ਆਇਆ ਹੈ। ਬੰਬਈ ਤੋਂ ਉਸਨੇ ਕੁਝ ਰੁਪਈਏ ਵੀ ਭੇਜੇ ਹਨ। ਬੱਡੀ ਤੋਂ ਨਿੱਕੀ ਨੂੰ ਐਫਏ ਵਿੱਚ ਦਾਖਲ ਕਰਵਾ ਦਿੱਤਾ ਹੈ। ਇਸ ਵੇਲੇ ਘਰ ਵਿੱਚ ਸੁੱਖ ਹੈ। ਵੱਡੀ ਵੀ ਹੁਣ ਵੱਲ ਹੈ। ਵੱਲ ਦਾ ਮਤਲਬ ਹੈ ਠੀਕ ਹੈ ਪਹਿਲਾਂ ਨਾਲੋਂ। ਤਕਲੀਫ ਇਹ ਹੈ ਕਿ ਹੁਣ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੈ। ਬਾਲਣ ਤੇ ਉੱਕਾ ਮਿਲਦਾ ਹੀ ਨਹੀਂ ਮੈਨੂੰ। ਇੰਨੇ ਤੰਦੇ ਹਨ ਕਿ ਪਾਲ ਪਰ ਤਲੀ ਟੇਕਣੀ ਨਹੀਂ ਮਿਲਦੀ। ਅੱਛਾ ਤੁਸੀਂ ਬਾਹਰ ਦਾ ਕੋਈ ਫਿਕਰ ਨਾ ਕਰਨਾ ਹੋ ਕਹਿਣਾ ਤੱਕ ਇਹ ਪਤਨੀ ਘਰ ਦੇ ਹਾਲਾਤ ਵੀ ਦੱਸਦੀ ਹੈ ਤੇ ਉਹਨੂੰ ਵੀ ਕਹਿੰਦੀ ਹੈ ਵੀ ਤੂੰ ਅੱਗੇ ਜਿਹੜਾ ਘਰ ਦਾ ਫਿਕਰ ਨਾ ਕਰਨਾ ਕੈਦੀਆਂ ਨੂੰ ਆਪਣੀ ਕੋਈ ਖਬਰ ਬਾਹਰ ਭੇਜਣ ਦੀ ਇਤਨੀ ਚਿੰਤਾ ਨਹੀਂ ਹੁੰਦੀ ਹਾਂ ਘਰਦਿਆਂ ਖਬਰਾਂ ਉਹ ਜ਼ਰੂਰ ਸੁਣਨਾ ਚਾਹੁੰਦੇ ਹਨ ਇਸ ਉੱਪਰਲੇ ਚਿੱਠੀ ਤੋਂ ਪਿੱਛੋਂ 2 ਮਹੀਨੇ ਕੋਈ ਖਤ ਪੱਤਰ ਨਾ ਆਇਆ ਇੱਕ ਰਾਤ ਉਸਨੇ ਭੈੜਾ ਸੁਪਨਾ ਵੇਖਿਆ ਅੱਜਕੱਲ ਉਸਦਾ ਪ੍ਰੋਗਰਾਮ ਇਹ ਹੈ ਸਵੇਰੇ ਨਹਾ ਤੋ ਕੇ ਸਾਥੀ ਕੈਦੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਉਣੀ ਮਗਰੋਂ ਕੀਤਾ ਦੀ ਕਥਾ ਸੁਣਨੀ ਅੱਜ ਇਹ ਪ੍ਰੋਗਰਾਮ ਪੂਰਾ ਹੋਣ ਮਗਰੋਂ ਜਦੋਂ ਉਹ ਆਪਣੀ ਕੋਠੜੀ ਵਿੱਚ ਪੁੱਜਾ ਤਾਂ ਕਿਤਾਬਾਂ ਦੇ ਉੱਤੇ ਇੱਕ ਚਿੱਠੀ ਪਈ ਸੀ ਵੱਡੀ ਤੇ ਨਿੱਕੀ ਨੂੰ ਜਿਹੜਾ ਹੈ ਵੱਡਾ ਤਾਪ ਹੋ ਗਿਆ ਬਿਚੇ ਨੂਨੀਆ ਆਪ ਤੋਂ ਛੋਟਾ ਉਸ ਨੂੰ ਲਾਹੌਰ ਮਿਓ ਹਸਪੀਟਲ ਲੈ ਗਿਆ ਹੈ ਸਭ ਤੋਂ ਨਿੱਕੀ ਦੇ ਗਾਲ ਵਿੱਚ ਫੋੜਾ ਹੋ ਗਿਆ ਹੈ ਕੱਲ ਚੀਰਾ ਦਲਵਾਉਣਾ ਹੈ ਛੋਟੂ ਤੇ ਪੀਚਾ ਦੋਵੇਂ ਬੁਖਾਰ ਨਾਲ ਬਿਮਾਰ ਹਨ ਵੱਡੇ ਪਾਪਾ ਜੀ ਜਲੰਧਰ ਆਏ ਸਨ ਉਹ ਅਚਾਨਕ ਇੱਥੇ ਆ ਗਏ ਹੁਣ ਉਹਨਾਂ ਦਾ ਵਾਪਸ ਜਾਣਾ ਮੁਸ਼ਕਲ ਹੈ ਇਸ ਚਿੱਠੀ ਦਾ ਜ਼ਿਕਰ ਉਸਨੇ ਕਿਸੇ ਨਾਲ ਨਾ ਕੀਤਾ ਪਰ ਰੋਟੀ ਖਾਣ ਲੱਗਿਆਂ ਰਾਤ ਦੇ ਭੈਣੇ ਸੁਪਣ ਦੀ ਗੱਲ ਉਸਨੇ ਸਹਿਜ ਸੁਭਾ ਤਰਸ਼ਨ ਸਿੰਘ ਨੂੰ ਸੁਣਾਈ ਇਸ ਗੱਲ ਤੋਂ ਪੰਜਵੇਂ ਜਾਂ ਚੌਥੇ ਰੋਜ਼ ਉਸ ਨੂੰ ਇੱਕ ਹੋਰ ਚਿੱਠੀ ਮਿਲੀ ਇਹ ਚਿੱਠੀ ਪੜ੍ਹਨ ਤੋਂ ਪਹਿਲਾਂ ਉਸਨੇ ਲਿਫਾਫੇ ਦੀ ਮੋਹਰ ਪੜ੍ਹਨ ਦਾ ਯਤਨ ਕੀਤਾ ਪਰ ਜੇਡ ਦੇ ਡਾਕ ਕਲਰਕ ਨੇ ਲਿਫਾਫਾ ਐਸੇ ਟੰਗ ਨਾ ਖੋਲਿਆ ਸੀ ਕਿ মোহਰ ਫਟ ਗਈ ਸੀ ਵੱਡੀ ਤੋਂ ਨਿੱਕੀ ਦੀ ਖਤਰਨਾਕ ਬਿਮਾਰੀ ਨੇ ਸਾਰੇ ਘਰ ਵਿੱਚ ਖਵਰਾਟ ਪੈਦਾ ਕਰ ਦਿੱਤੀ ਹੈ ਉਸ ਨੂੰ ਆਪਣੀ ਬਿਮਾਰੀ ਦਾ ਪਹਿਲਾਂ ਤੋਂ ਪਤਾ ਨਹੀਂ ਸੀ ਪਰ ਮਿਓ ਹਸਪਤਾਲ ਦੇ ਤੱਪ ਦੇ ਕਵਾੜ ਵਿੱਚ ਦਾਖਲ ਹੋਣ ਲੱਗਿਆ ਉਸ ਨੇ ਸਾਈਨ ਬੋਰਡ ਪੜ੍ਹ ਲਿਆ ਮਤਲਬ ਉਹਨੂੰ ਪਤਾ ਲੱਗ ਗਿਆ ਵੀ ਤੱਪ ਦੇ ਕਵਾੜ ਦੇ ਵਿੱਚ ਹੈਗੀ ਉਹ ਬਸ ਉਸ ਦੀਆਂ ਚੀਜ਼ਾਂ ਨਿਕਲ ਗਈਆਂ ਪੀਚਾ ਵੀ ਬਹੁਤ ਅਲਾਚਾਰ ਹੈ ਮੈਂ ਦੌਰੇ ਤੇ ਸਾਂ ਟੈਲੀਫੋਨ ਗਿਆ ਤੇ ਮੈਂ ਆ ਗਿਆ ਮੇਰੇ ਪੁੱਜਣ ਤੇ ਪਿੱਛੇ ਨੇ ਇੱਕ ਵਾਰ ਫੇਰ ਪਾਪਾ ਜੀ ਕਿਹਾ ਫੇਰ ਪਛਾਣ ਕੇ ਗੁੰਮ ਹੋ ਗਿਆ ਅ ਉੰਜ ਅੱਜ ਅਠਾ ਦਿਨਾਂ ਤੋਂ ਉਸ ਨੂੰ ਨੀਂਦ ਨਹੀਂ ਆਈ ਨਾ ਹੀ ਭਾਬੀ ਨੂੰ ਸੌਣਾ ਮਿਲਿਆ ਹੈ ਪਿੱਛੇ ਦੀ ਕਿਤਨੇ ਦਿਨਾਂ ਤੋਂ ਅੱਖ ਖੁੱਲੀ ਹੈ ਪਰ ਜ਼ਬਾਨ ਬੰਦ ਹੈ ਕਿਸੇ ਵळे ਪਾਪਾ ਜੀ ਪਾਪਾ ਜੀ ਆਖਦਾ ਹੈ ਭਾਬੀ ਤੇ ਬਿਲਕੁਲ ਹੱਡੀਆਂ ਦੀ ਮੁੱਠ ਰਹਿ ਗਈ ਹੈ ਉਸ ਦੀ ਕਲੱਤ ਲਾਹੌਰ ਮਿਓ ਹਸਪਤਾਲ ਵਿੱਚ ਹੈ ਤੇ ਇੱਕ ਅੰਮ੍ਰਿਤਸਰ ਅਸਲ ਵਿੱਚ ਪੀਚੇ ਦੇ ਵਧੇਗ ਬਿਮਾਰ ਹੋ ਜਾਣ ਦੀ ਵੱਡੀ ਵਜ੍ਹਾ ਵੀ ਉਹ ਹੈ ਕਿ ਭਾਬੀ ਇੱਧਰ ਲਾਹੌਰ ਮਿਓ ਹਸਪਤਾਲ ਦੇ ਵਿੱਚ ਦੌੜ ਭੱਜ ਕਰਦੀ ਰਹੀ ਤੇ ਬਿਮਾਰੀ ਦੀ ਹਾਲਤ ਵਿੱਚ ਪੀਚੇ ਦੀ ਪ੍ਰਵਾਹ ਨਹੀਂ ਹੋ ਸਕੀ ਹੁਣ ਤੇ ਵਾਹਿਗੁਰੂ ਤੇ ਭਰੋਸਾ ਹੈ ਵੱਡਾ ਬੰਬਈ ਤੋਂ ਡਿਗਰੀ ਲੈਣ ਆਇਆ ਸੀ ਪਰ ਘਰ ਵਿੱਚ ਬਿਮਾਰੀਆਂ ਹੋਣ ਕਰਕੇ ਵਾਪਸ ਨਹੀਂ ਜਾ ਸਕਿਆ ਖੇਚਲ ਕਰਕੇ ਉਹ ਵੀ ਕੁਝ ਢਿੱਲਾ ਜਿਹਾ ਹੈ ਦਵਾਰ ਮੈਨੂੰ ਬਹੁਤਾ ਫਿਕਰ ਭਾਬੀ ਦਾ ਹੈ ਜੇ ਉਹ ਮੰंजे ਤੇ ਪੈ ਗਈ ਤਾਂ ਸਾਰਾ ਟੱਬਰ ਹੀ ਰੁਲ ਜਾਵੇਗਾ ਖੈਰ ਜਿਸ ਤਰ੍ਹਾਂ ਵੀ ਹੋਇਆ ਸੀ ਕਟਾਂਗੇ ਤੁਸੀਂ ਫਿਕਰ ਨਾ ਕਰੋ ਤੇ ਭਾਬੀ ਨੂੰ ਜ਼ਰੂਰ ਲਿਖ ਦਿਓ ਕਿ ਹੌਂਸਲਾ ਕਰੇ ਤੇ ਲਾਹੌਰ ਵੀ ਘਟ ਆਇਆ ਕਰੇ ਤੁਹਾਡਾ ਨਿੱਕਾ ਵੀਰ ਚਿੱਠੀ ਉਸ ਨੂੰ ਚਿੱਠੀ ਨੂੰ ਦੁਬਾਰਾ ਪੜ੍ਹ ਕੇ ਉਸ ਨੇ ਹੱਥੋਂ ਰੱਖ ਦਿੱਤੀ ਕਹਿਣਾ ਮਤਲਬ ਜਿਹੜੇ ਨਾਇਕ ਹੈ ਉਸ ਨੂੰ ਪਤਾ ਲੱਗਦਾ ਵੀ ਉਸ ਦੇ ਘਰ ਦੇ ਹਾਲਾਤ ਬੜੇ ਹੀ ਮਾੜੇ ਹੈਗੇ ਨੇ ਜੇਲ੍ਹ ਦੇ ਵੱਡੇ ਸਾਹਿਬ ਨੂੰ ਖੋਦ ਇੱਕ ਕਾਗਜ਼ ਦਾ ਪੁਰਜਾ ਚੁੱਕੀ ਹੱਸਦੇ ਹੱਸਦੇ ਕੋਠੀ ਨੰਬਰ 8 ਵਾਲਾਉਂਦਿਆਂ ਕੈਦੀਆਂ ਨੇ ਵੇਖਿਆ ਪਰ ਵਾਪਸ ਜਾਂਦਿਆਂ ਉਸ ਦੀ ਅੱਖਾਂ ਤਰਸਨ ਇਹ 19 ਅਪ੍ਰੈਲ ਦਾ ਦਿਨ ਸੀ ਸਾਨਾ 1944 ਸਰਕਾਰ ਪੰਜਾਬ ਦਾ ਆਰਡਰ ਇਹ ਸੀ ਕਿ ਉਸਨੇ ਉਹ ਆਪਣੇ ਬੱਚਿਆਂ ਦੀ ਬਿਮਾਰੀ ਦੇ ਕਾਰਨ 5-500 ਦੇ ਦੋ ਜ਼ਮਾਨਤੀ ਦੇ ਇਹ ਰਹਾ ਹੋ ਸਕਦਾ ਹੈ ਜੇ ਪ੍ਰਵਾਨ ਹੋਵੇ ਤਾਂ ਜ਼ਮਾਨਤੀਆਂ ਦੇ ਨਾਮ ਲਿਖ ਭੇਜੋ ਵੱਡੇ ਸਾਇਬ ਨੂੰ ਖਿਆਲ ਤੱਕ ਵੀ ਨਹੀਂ ਸੀ ਕਿ ਉਹ ਅਜੇ ਹੀ ਹਾਲਤ ਵਿੱਚ ਵੀ ਪੈਰੋਲ ਤੇ ਜਾਣ ਨੂੰ ਨਾ ਕਰ ਦੇਵੇ ਹੁਣ ਇੱਥੇ ਕਹਿਣਾ ਅਤਲ ਕਿ ਹੈ ਜਿਹੜਾ ਨਾਇਕ ਹੈ ਕਹਾਣੀ ਦਾ ਉਸ ਦੀ ਜਿਹੜੀ ਪੈਰੋਲ ਤੋਂ ਜਾਣ ਦੀ ਇੱਕ ਉਹਦੇ ਲਈ ਜਿਹੜੀ ਆਪਸ਼ਨ ਆਈ ਸੀ ਕਿ ਵੀ ਉਹ ਪੈਰੋਲ ਤੇ ਜਾ ਸਕਦਾ ਸੀ ਕਿਉਂਕਿ ਚਿੱਠੀਆਂ ਤੋਂ ਬਿਨਾ ਉਸ ਦੇ ਇੱਕ ਮਿੱਤਰ ਪਾਸੋਂ ਵੀ ਸਾਹਿਬ ਉਸ ਦੇ ਮੁੰਡੇ ਦੀ ਅ ਖਤਰਨਾਕ ਹਾਲਤ ਦਾ ਪਤਾ ਲੱਗ ਚੁੱਕਿਆ ਸੀ ਇਹ ਮਿੱਤਰ ਦੋ ਦਿਨ ਹੋਏ ਮੁਲਾਕਾਤ ਲਈ ਆਇਆ ਸੀ ਪਰ ਮੁਲਾਕਾਤ ਨਹੀਂ ਸੀ ਹੋ ਸਕੀ ਇਸ ਮਿੱਤਰ ਨੇ ਤਾਂ ਸਾਹਿਬ ਸਾਹਿਬ ਦੇ ਸਾਹਮਣੇ ਚ ਤੱਕ ਆਪਣਾ ਨਿਸ਼ਚੈ ਦੱਸਿਆ ਕਿ ਬਿਮਾਰ ਮੁੰਡਾ ਜੇਕਰ ਆਪਣੇ ਬਾਪ ਨੂੰ ਦੇਖ ਲਵੇ ਤਾਂ ਬਚ ਸਕਦਾ ਹੈ ਗ੍ਰਿਫਤਾਰੀ ਵੇਲੇ ਇਹ ਮੁੰਡਾ ਪੌਣੇ 5 ਸਾਲ ਦਾ ਸੀ ਪਹਿਲੇ ਦਿਨ ਤੋਂ ਹੀ ਜਦੋਂ ਇਸਨੇ ਆਪਣੇ ਪਿਤਾ ਨੂੰ ਵੱਡੇ ਕਾਲੇ ਦਰਵਾਜ਼ੇ ਦੇ ਅੰਦਰ ਗੁੰਮ ਜਾਂਦੇ ਗੁੰਮ ਜਾਂਦੇ ਵੇਖਿਆ ਸੀ ਉਸੇ ਦਿਨ ਤੋਂ ਇਸ ਦੇ ਮਨ ਤੇ ਅਸਰ ਹੈ ਜੋ ਕਿਸੇ ਹਿੱਲੇ ਵੀ ਨਹੀਂ ਹਟ ਸਕਿਆ ਇਸ ਲਈ خیال ਇਹ ਕੀਤਾ ਆਂਦਾ ਹੈ ਕਿ ਸ਼ਾਇਦ ਆਪਣੇ ਪਿਤਾ ਨੂੰ ਸਾਹਮਣੇ ਵੇਖ ਕੇ ਮੁੰਡੇ ਦਾ ਵਹਿਮ ਹਟ ਜਾਵੇ ਵੱਡਾ ਸਾਹਿਬ ਦਿਲ ਦਾ ਅਮਰਦ ਸੀ ਉਸ ਦੇ ਮਿੱਤਰ ਦੀ ਗੱਲ ਦਾ ਵੀ ਸਾਹਿਬ ਦੇ ਮਨ ਤੇ ਅਸਰ ਹੋਇਆ ਸੀ ਇਸ ਲਈ ਅਜੋਹ ਪਰੋਲ ਪਰਵਾਨਾ ਜਿਹੜਾ ਹੈ ਆ ਜਾਣ ਤੇ ਉਹ ਚਾਹੀ ਚਾਹੀ ਆਪ ਲੈ ਕੇ ਗਿਆ ਤੇ ਪਰੋਲ ਦੀ ਰਹਾਈ ਕਬੂਲ ਕਰਨ ਦੀ ਪ੍ਰੇਰਣਾ ਕੀਤੀ ਔਲਾਦ ਸਬੰਧੀ ਉਸਦੇ ਫਰਜ਼ ਨੂੰ ਦੱਸੇ ਪਰੋਸਨਿਕ ਕੋਨਾ ਪਕੜੀ ਤੇ ਕਿਹਾ مشروط ਰਹਾਈ ਮੈਨੂੰ ਪਰਵਾਨ ਨਹੀਂ ਸਰਕਾਰ ਸਾਨੂੰ ਬੇਇਜ਼ਤ ਕਰਨਾ ਚਾਹੁੰਦੀ ਹੈ ਨਹੀਂ ਤੇ 5-500 ਦਾ ਮੁਚਲਕਾ ਮਖੌਲ ਨਹੀਂ ਤਾਂ ਹੋਰ ਕੀ ਹੈ ਜਦੋਂ ਵੱਡੇ ਸਾਹਿਬ ਤੇ ਉਸ ਦਾ ਤਕਰਾਰ ਹੋ ਰਿਹਾ ਸੀ ਤਾਂ ਕੋਲੋਂ ਇੱਕ ਸਾਦਾ ਦਿਲ ਸਾਥੀ ਨੇ ਆਖ ਵੀ ਦਿੱਤਾ ਜੀ ਇਸ ਨੂੰ ਔਲਾਦ ਦੇ ਫਰਜ਼ ਕੀ ਜਰਤ ਲਾਂਦੇ ਹੋ ਇਸ ਨੂੰ ਤਾਂ ਆਪਣੇ ਬੱਚਿਆਂ ਦੇ ਨਾਂ ਵੀ ਪੂਰੇ ਪੂਰੇ ਪਤਾ ਨਹੀਂ ਇਸ ਸਾਥੀ ਨੇ ਇਹ ਗੱਲ ਕੋਈ ਤਾਨਨੇ ਨਾਲ ਨਹੀਂ ਸੀ ਆਖੀ ਸਗ ਉਸ ਦਾ ਫਾ ਭਾਵ ਹਮਦਰਦੀ ਬੜਾ ਹੀ ਸੀ ਪਰ ਉਸ ਨੂੰ ਝਾੜ ਪਾਉਂਦੇ ਇੱਕ ਹੋਰ ਸਾਥੀ ਨੇ ਕਿਹਾ ਇਸ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਆਪਣੀ ਔਲਾਦ ਨਾਲ ਪਿਆਰ ਨਹੀਂ ਇਸ ਦਾ ਤਾਂ ਸਿਰਫ ਇਹ ਖਿਆਲ ਹੈ ਕਿ مشروط ਰਿਹਾਈ قبولਿਆਂ ਉਹ جماعت ਕਲੰਕਤ ਹੁੰਦੀ ਹੈ ਜਿਸ ਦੇ ਹੁਕਮ ਦੇ ਨਾਲ ਉਹ ਇੱਥੇ ਬੈਠਾ ਹੈਗਾ ਉੰਜ اولاد ਕਿਸ ਨੂੰ ਪਿਆਰੀ ਨਹੀਂ ਪਾਉ ਇਸ ਗੱਲ ਤੋਂ ਠੀਕ ਤੀਸਰੇ ਦਿਨ 22 ਤਰੀਕ ਨੂੰ ਤਾਰ ਆ ਗਿਆ ਪਿੱਛਾ ਗੁਜ਼ਰ ਗਿਆ ਜੇਲ ਦੇ ਸਾਥੀ ਇਕੱਠੇ ਹੋ ਗਏ ਤਾਰ ਲੈਣ ਵਾਲਾ ਜੇਲ ਦਾ ਡਾਕ ਕਲਰਕ ਵੀ ਉਹਨਾਂ ਵਿੱਚ ਹੀ ਬੈਠ ਗਿਆ ਉੰਨੀ ਦਰੇ ਕੋ ਨੂੰ ਚਲੇ ਜਾਂਦਾ ਤਾਂ ਸਦਾ ਲਈ ਵਿਛੜੇ ਬੱਚੇ ਦਾ ਮੂੰਹ ਵੇਖ ਲੈਂਦਾ ਬੜਾ ਹੱਟ ਕੀਤਾ ਬੜੀ ਕੁਰਬਾਨੀ ਹੈ ਕੁਰਬਾਨੀ ਕਿਸ ਦੀ ਉਸ ਦੇ ਮੂੰਹੋਂ ਸਿਰਫ ਇੱਕ ਵਾਰ ਇਹ ਸ਼ਬਦ ਨਿਕਲੇ ਪਿੱਛੇ ਦਾ ਅਸਲੀ ਨਾਮ ਕੀ ਸੀ ਡਾਕ ਕਲਰਕ ਦੇ ਪੁੱਛਣ ਤੇ ਇੱਕ ਸਾਥੀ ਨੇ ਇਸ ਸੰਬੰਧੀ ਚੁੱਪ ਰਹਿਣ ਦੀ ਤਾਕੀਦ ਕੀਤੀ ਦੂਜੇ ਦਿਨ ਤਜਿੰਦਰ ਦੇਵ ਸਿੰਘ ਦੀ ਮੌਤ ਦੀ ਖਬਰ ਅਖਬਾਰਾਂ ਵਿੱਚ ਨਾ ਛਪਦੀ ਤਾਂ ਪਿੱਛੇ ਦੇ ਅਸਲੀ ਨਾਮ ਦਾ ਵੀ ਪਤਾ ਸ਼ਾਇਦ ਔਖਾ ਹੀ ਲੱਗਦਾ ਹੁਣ ਤੇ ਹੱਦ ਹੋ ਗਈ ਹੈ ਜਿੱਦ ਦੀ ਹੁਣ ਤੇ ਹੱਦ ਹੋ ਗਈ ਹੈ ਜਿੱਦ ਨਹੀਂ ਕਰਨੀ ਚਾਹੀਦੀ ਇਸ ਸਰਕਾਰ ਦੀ ਸਾਡੇ ਨਾਲ ਹਮਦਰਦੀ ਥੋੜੀ ਹੀ ਹੈ ਇੱਥੇ ਬਹੁਤੇ ਰੋਸੇ ਦੇ ਕੋਈ ਅਰਥ ਨਹੀਂ ਆਓ ਸਾਰੇ ਉਸ ਨੂੰ ਸਮਝਾਈਏ ਜੇਲ੍ਹ ਦੀ ਡਿਊੜੀ ਦੇ ਸਾਹਮਣੇ ਅੰਦਰ ਬਾਹਰ ਖੜੇ ਕੁੱਲ ਕਾਂਗਰਸੀ ਕੈਦੀ ਇਹ ਗੱਲਾਂ ਕਰ ਰਹੇ ਸਨ ਥੋੜੀ ਦੇਰ ਵਿੱਚ ਹੀ ਉਸਦੀ ਕੋਠੀ ਨੰਬਰ 8 ਦੇ ਸਾਹਮਣੇ ਅੱਜ ਫੇਰ ਸਵਾਜਿਹੀ ਲੱਗ ਪਈ ਇਹ 25 April ਸ਼ਾਮ ਦੀ ਗੱਲ ਹੈ ਉਸਦੇ ਮੁੰਡੇ ਦੀ ਮੌਤ ਤੋਂ ਚੌਥੇ ਦਿਨ ਦੀ ਪੰਜਾਬ ਸਰਕਾਰ ਦਾ ਪ੍ਰਵਾਨਾ ਹੈ ਕਿ ਉਹ 14 ਦਿਨ ਲਈ ਪਰੋਲ ਤੇ ਜਾ ਸਕਦਾ ਹੈ ਮੁੰਡੇ ਦੀ ਮੌਤ ਦੇ ਭੋਗ ਤੇ ਬਿਮਾਰ ਲੜਕੀ ਦੇ ਆਪਰੇਸ਼ਨ ਲਈ ਵੱਡੇ ਅਫਸਰ ਨੇ ਸਾਹਿਬ ਨੇ ਇਹ ਪ੍ਰਵਾਨਾ ਉਸ ਨੂੰ ਚਿੱਧਾ ਦੱਸਣ ਦੀ ਬਜਾਏ ਕੁਝ ਥਾਂ ਅ ਕੁਝ ਬਾ ਅਸਰ ਕਾਂਗਰਸੀਆਂ ਨੂੰ ਦੱਸ ਕੇ ਪ੍ਰੇਰਣਾ ਕੀਤੀ ਕਿ ਉਸ ਨੂੰ ਸਮਝਾਉਣ ਕਿ ਉਹ ਹੁਣ ਬਾਹਰ ਜਾਣ ਤੋਂ ਨਾ ਨਾ ਕਰੇ ਹੁਣ ਸਾਰੇ ਜਣੇ ਇਸੇ ਕਮਰੇ ਉਸ ਦੀ ਕਟਕੋਠੀ ਅੱਗੇ ਜੁੜੇ ਸਨ ਅ ਮੋ ਕਮਜ਼ੋਰੀ ਜਾਂ ਸਾਥੀਆਂ ਦੀ ਪ੍ਰੇਰਣਾ ਕੁਝ ਵੀ ਸਮਝੋ ਉਹ 14 ਦਿਨ ਦੀ ਛੁੱਟੀ ਮੰਨ ਗਿਆ ਸਾਥੀਆਂ ਵਿੱਚ ਇਹ ਵੀ ਚਰਚਾ ਹੋਣ ਲੱਗ ਪਈ ਸੀ ਕਿ ਉਸ ਨੂੰ ਆਪਣੇ ਔਰਾਧ ਨਾਲ ਪਿਆਰ ਨਹੀਂ ਇਹ ਚਰਚਾ ਉਹਨੂੰ ਪਸੰਦ ਨਹੀਂ ਸੀ ਹੁਣ ਉਹ ਮਿਉ ਹਸਪਤਾਲ ਦੇ ਤੱਪ ਦੇ ਕਵਾੜਵਾਲ ਤੁਰਿਆ ਜਾ ਰਿਹਾ ਹੈ ਇਹ 26 ਅਪ੍ਰੈਲ ਦਾ ਦਿਨ ਸੀ ਸਿੰਧ ਐਕਸਪ੍ਰੈਸ 6 ਵਜੇ ਸ਼ਾਮ ਦੇ ਲਾਹੌਰ ਸਟੇਸ਼ਨ ਪਰ ਪੁੱਜੀ ਸੀ ਉਸ ਨੂੰ ਸਾਹਮਣੇ ਆਉਂਦਾ ਦੇਖ ਕੇ ਗੱਜ ਪਰੇ ਕੰਟ ਚੋਂ ਮੁਸ਼ਕਲ ਨਾਲ ਇਹ ਸ਼ਬਦ ਨਿਕਲੇ ਹੁਣ ਆਏ ਨੇ ਇਹਨਾਂ ਸ਼ਬਦਾਂ ਪਿੱਛੇ ਲੋਕੇ ਭਾਵ ਨੂੰ ਜਾਣਦਾ ਹੀ ਸੀ ਬੋਲਣ ਵਾਲੀਆਂ ਸੁੱਕੀਆਂ ਆਪੋਕੇ ਅੱਖਾਂ ਦੀ ਸਾਰੀ ਵਿਆਖਿਆ ਕਰ ਰਹੀਆਂ ਸੀ ਕੁਝ ਵਧੀਕ ਗੱਲ ਕੀਤੇ ਬਿਨਾ ਦੋਵੇਂ ਬਿਮਾਰ ਲੜਕੀ ਦੇ ਬਿਸਤਰੇ ਪਾਸ ਜਾ ਘਰੁੱਤੇ ਹੀ ਸਨ ਪਾਪਾ ਜੀ ਤੁਸੀਂ ਕਮਜ਼ੋਰ ਜਾਪਦੇ ਹੋ ਮੇਰੀ ਚਿੰਤਾ ਕਰਕੇ ਮੈਂ ਐਫਏ ਵਿੱਚ ਪਾ ਮਿਸਟਰੀ ਜੋਤਿਸ਼ ਵਿੱਦਿਆ ਪੜ੍ਹੀ ਹੈ ਉਸ ਦੇ ਮੁਤਾਬਕ ਮੇਰੀ ਹੱਥ ਦੀ ਰੇਖਾ 80 ਸਾਲ ਉਮਰ ਦੱਸਦੀ ਹੈ ਤੁਸੀਂ ਆ ਗਏ ਹੋ ਭਾਬੀ ਜੀ ਨੂੰ ਵੀ ਸਮਝਾਓ ਚਿੰਤਾ ਨਾਲ ਨਿਭੜਦੀ ਜਾਂਦੀ ਹੈ ਅਮਰਤ ਸਾਰ ਜਾ ਕੇ ਬੱਚਿਆਂ ਦੀ ਸੰਭਾਲ ਕਰੋ ਇਹ ਇੱਥੋਂ ਜਾਣਦੀ ਹੀ ਨਹੀਂ ਬੱਚੇ ਰੁੱਲ ਜਾਣਗੇ ਮੈਨੂੰ ਪਤਾ ਲੱਗਿਆ ਹੈ ਪੀਚਾ ਬਹੁਤ ਬਿਮਾਰ ਹੈ ਚੁੱਪ ਕਰ ਬੇਟਾ ਬਹੁਤੀਆਂ ਗੱਲਾਂ ਨਾ ਕਰ ਉਸ ਦੀ ਘਰ ਵਾਲੀ ਦੇ ਮੂੰਹੋਂ ਖਬਰੇ ਕਿਸ ਤਰ੍ਹਾਂ ਇਤਨੇ ਲਫ਼ਜ਼ ਨਿਕਲ ਆਏ ਕਿਉਂਕਿ ਪੀਚੇ ਦਾ ਨਾਮ ਸੁਣ ਕੇ ਉਹ ਕਿਉਂਕਿ ਪੀਚੇ ਦਾ ਨਾਮ ਸੁਣ ਕੇ ਉਹ ਫਿਸ ਹੀ ਪੈਣ ਲੱਗੀ ਸੀ ਉਹ ਸਮਝ ਗਿਆ ਕਿ ਪੀਚੇ ਦੀ ਮੌਤ ਬਾਬਤ ਬਿਮਾਰ ਰਜਿੰਦਰ ਨੂੰ ਨਹੀਂ ਦੱਸਿਆ ਗਿਆ ਇੱਕ ਵੇਰਾਂ ਆਪਣੇ ਆਪ ਨੂੰ ਸੰਭਾਲਣ ਲਈ ਦੋਹਾਂ ਨੂੰ ਵਾਰਡ ਚੋਂ ਬਾਹਰ ਆਉਣਾ ਪਿਆ ਹਾਟ ਤਾਰ ਕੇ ਪੱਕਾ ਰਹਿਣ ਦੀ ਪੱਕੀ ਪਕਾ ਕੇ ਉਹ ਦੋਵੇਂ ਫੇਰ ਅੰਦਰ ਗਏ ਕੀ ਸਲਾਹ ਕਰਦੇ ਹੋ ਪਾਪਾ ਜੀ ਮੈਨੂੰ ਉੱਕੀ ਕੋਈ ਬਿਮਾਰੀ ਨਹੀਂ ਮੈਨੂੰ ਤਪ ਤੇ ਤੇ ਉੱਕਾ ਹੀ ਨਹੀਂ ਇਸ ਵਾਰ ਚੋਂ ਮੈਨੂੰ ਕੱਢੋ ਭਾਬੀ ਆ ਕਹਿੰਦੀ ਹੈ ਤੈਨੂੰ ਨਜ਼ਰ ਲੱਗ ਗਈ ਹੈ ਚਾਟੀ ਰੇਸ ਚੋਂ ਤੂੰ ਪਹਿਲਾ ਨਾਮ ਲੈ ਕੇ ਘਰ ਆਈ ਤਾਂ ਉਸੇ ਦਿਨ ਬਿਮਾਰ ਹੋ ਗਈ ਦੱਸੋ ਇੰਨਾ ਬਹਿਮਾਂ ਦਾ ਕੀ ਫਾਇਦਾ ਹੈ ਰਜਿੰਦਰ ਨੂੰ ਇਸ ਤਰ੍ਹਾਂ ਬੋਲਦੇ ਆ ਨਰਸ ਨੇ ਟੋਕਿਆ ਉਹ ਚੁੱਪ ਹੋ ਗਏ ਪਹਾੜ ਤੇ ਕੋਈ ਥਾਂ ਬਣਾਣੀ ਚਾਹੀਦੀ ਹੈ ਸਲਾਹ ਪੱਕੀ ਕਰਕੇ ਉਹ ਰਾਤ ਅੰਮ੍ਰਿਤਸਰ ਚਲੇ ਗਿਆ 29 ਤਰੀਕ ਪੀਚੇ ਸੰਬੰਧੀ ਭੋਗ ਲਈ ਸਾਰੇ ਅੰਮ੍ਰਿਤਸਰ ਇਕੱਠੇ ਹੋ ਗਏ ਰਜਿੰਦਰ ਨੂੰ ਅਜੇ ਵੀ ਪਤਾ ਨਾ ਲੱਗਣ ਦਿੱਤਾ ਗਿਆ ਰਜਿੰਦਰ ਦੇ ਆਪਰੇਸ਼ਨ ਦੀ ਤਰੀਕ ਪਹਿਲਾਂ 2 ਮਈ ਨਿਯਤ ਹੋਈ ਫਿਰ 4 ਤੇ ਲੰਮ ਕੇ ਫਿਰ 6 ਹੋ ਗਈ ਉਸ ਦੀ ਪੈਰੋਲ 9 ਮਈ ਨੂੰ ਖਤਮ ਹੋ ਜਾਣੀ ਸੀ ਯਤਨ ਹੋ ਰਿਹਾ ਸੀ ਕਿ ਤਰੀਕ ਵੱਧ ਜਾਏ ਅੱਜ ਮਹਾਤਮਾ ਗਾਂਧੀ ਦੀ ਰਿਹਾਈ ਦੀ ਖਬਰ ਅਖਬਾਰਾਂ ਵਿੱਚ ਆ ਗਈ ਖਿਆਲ ਹੋ ਗਿਆ ਕਿ ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ ਅਰੋਲ ਵੱਧ ਜਾਣੇ ਕੋਈ ਵੱਡੀ ਗੱਲ ਨਹੀਂ ਸੀ। ਹਨੇਰੇ ਤੇ ਵਿਖੜੇ ਰਹਾ ਵਿੱਚ ਇਕੱਲਾ ਤੁਰਿਆ ਜਾਂਦਾ ਬੰਦਾ ਉੱਚੀ ਉੱਚੀ ਗਾਉਣ ਲੱਗ ਪੈਂਦਾ ਹੈ। ਮੈਂ ਨਹੀਂ ਡਰਦਾ। ਇਹ ਸ਼ਬਦ ਵੀ ਆਦਮੀ ਦੇ ਮੂੰਹੋਂ ਡਰ ਵੇਲੇ ਹੀ ਨਿਕਲਦੇ ਨੇ। ਮੈਨੂੰ ਉੱਕੀ ਪ੍ਰਵਾਹ ਨਹੀਂ। ਇਹ ਘੜੀ-ਘੜੀ ਆਖੜਾਂ ਵੀ ਕਵਰਾ ਹਟ ਦੀ ਨਿਸ਼ਾਨੀ ਹੁੰਦੀ ਹੈ। ਮੇਰੀ ਉਮਰ 80 ਸਾਲ ਹੈ। ਮੈਨੂੰ ਤਪ ਦੇ ਇੱਕ ਉੱਕਾ ਨਹੀਂ ਰਜਿੰਦਰ ਦੇ ਇੰਨਾ ਸ਼ਬਦਾਂ ਨੇ ਉਸ ਦੇ ਮਨ ਵਿੱਚ ਤੌਖਲੇ ਨੂੰ ਵਧਾਇਆ ਘਟਾਇਆ ਨਹੀਂ ਸੀ ਬਿਮਾਰ ਦਾ ਚਿਹਰਾ ਮੂਰਾ ਤੇ ਡਾਕਟਰ ਦੀ ਗੱਲਬਾਤ ਵੀ ਚਿੰਤਾਜਨਕ ਹੈ ਆਪਰੇਸ਼ਨ ਹੋ ਗਿਆ ਮਿੱਤਰਾਂ ਸਬੰਧੀਆਂ ਦੀ ਭੀੜ ਖਿੰਡ ਪੁੰਡ ਗਈ ਹੁਣ ਉਹ ਮੀਆਂ بیوی ਦੋਵੇਂ ਹੀ ਸਨ ਇੱਕ ਰਜਿੰਦਰ ਪਾਸ ਰਹੇ ਤੇ ਇੱਕ ਅਮਰਤਸਰ ਜਾਏ ਇਹ ਫੈਸਲਾ ਤੁਰੰਤ ਅਮਲ ਵਿੱਚ ਆ ਗਿਆ ਦੂਜੇ ਦਿਨ ਮਿਓ ਹਸਪਤਾਲ ਵਿੱਚ ਪੁੱਜਣ ਤੱਕ ਗੱਲਾਂਬਾਤਾਂ ਬਾਣਿਆ ਨੇ ਇੱਕ ਵਜਾ ਦਿੱਤਾ ਸਾਰੇ ਹਸਤਾਲ ਵਿੱਚ ਪਿੱਪਲ ਦੇ ਇੱਕ ਵੱਡੇ ਡਾਹਣ ਦੇ ਟੁੱਟਣ ਦੀ ਚਰਚਾ ਹੈ ਉਸ ਦੀ ਘਰ ਵਾਲੀ ਉਡੀਕ ਤੇ ਦੌੜ ਭੱਜ ਦੇ ਨਾਲ ਥੱਕੀ ਚੂਰ ਹੋਈ ਪਿੱਪਲ ਦੀ ਛਾਵੇਂ ਘਾ ਘਾ ਤੇ ਲੰਮੀ ਪਈ ਹੋਈ ਸੀ ਹੁਣੇ-ਹੁਣੇ ਇੱਕ ਪਲਕ ਵਿੱਚ ਹੀ ਉਹ ਤਰਾਵ ਕੁੱਠੀ ਤੇ ਭਾਰੀ ਡਾਹਣ ਉੱਥੇ ਹੀ ਡੇਗਾ ਸੀ ਜਿੱਥੇ ਉਹ ਲੇਟੀ ਪਈ ਸੀ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਰਿਹਾ ਇੱਕ ਅੱਖ ਫਰਕਣ ਦਾ ਵਕਫਾ ਸੀ ਜੋ ਮਾਸਿਆਂ ਤੋਂ ਹਮਦਰਦਾਂ ਦੇ ਘੇਰੇ ਵਿੱਚ ਘਿਰੇ ਹੋਏ ਦੇ ਕੰਨਾਂ ਵਿੱਚ ਪੈ ਰਹੇ ਇਸ ਤਰ੍ਹਾਂ ਦੇ ਸ਼ਬਦਾਂ ਨੇ ਉਸਦੇ ਦਿਮਾਗ ਵਿੱਚ ਪਰੇਸ਼ਾਨੀ ਤੇ ਸਹਿਮਜਾਏ ਦਾ ਚੱਕਰ ਲੈ ਆਂਦਾ ਠੀਕ ਇਸੇ ਵੇਲੇ ਇੱਕ ਬਾਵਰਦੀ ਪੁਲਿਸ ਅਫਸਰ ਨੇ ਸਹਿਨਤ ਨਾਲ ਉਸ ਨੂੰ ਭੀੜ ਦੇ ਘੇਰੇ ਵਿੱਚੋਂ ਬਾਹਰ ਬੁਲਾ ਕੇ ਅ ਥੋੜਾ ਪਰੇ ਲੈ ਜਾ ਕੇ ਪੈਰੋਲ ਦੀ ਮਨਸੂਖੀ ਦਾ ਪਰਵਾਨਾ ਫੜਾ ਦਿੱਤਾ ਹੁਣ ਕਹਿਣਾ ਦਾ ਮਤਲਬ ਕੀ ਉਸ ਦੀ ਜਿਹੜੀ ਪੈਰੋਲ ਹੈ ਜਿਸ ਦੇ ਅੱਗੇ ਵਧਣ ਦੇ ਚਾਂਸ ਮਤਲਬ ਉਹਨਾਂ ਨੂੰ ਉਮੀਦ ਸੀ ਕਿ ਉਹ ਪੈਰੋਲ ਹੀ ਉਸ ਦੀ ਜਿਮਿਸ ਹੋ ਗਈ ਮਤਲਬ ਖਤਮ ਹੋ ਗਈ ਸੀਗੀ ਉਸ ਦੀ ਚਿੱਠੀ ਆ ਗਈ ਸੀ ਉਹ ਪੈਰੋਲ ਦੇ ਵੱਧ ਜਾਣ ਦੀ ਆਸ ਕਰ ਰਿਹਾ ਸੀ ਇਸ ਵਾਸਤੇ ਉਸ ਦੇ ਮਨ ਤੇ ਇਸ ਦਾ ਦੋਣਾ ਅਸਰ ਹੋਇਆ ਇਹ 7 ਮਈ ਦਾ ਦਿਨ ਸੀ ਇਸੇ ਮਨੋਵਸਥਾ ਦੇ ਵਿੱਚ ਉਹ ਰਜਿੰਦਰ ਦੇ ਕਮਰੇ ਵੱਲ ਤੁਰਿਆ ਉਸ ਦੀ ਘਰ ਵਾਲੀ ਪਿੱਛੇ-ਪਿੱਛੇ ਹੈ ਪੁਲਿਸ ਪਰਮਾਨਨ ਵਾਪਤ ਜਾਣਨ ਦੀ ਚਿੰਤਾ ਵਿੱਚ ਪਿੱਪਲ ਦੇ ਡਾਂਗ ਤੋਂ ਅਚਾਨਕ ਬਾਜਣ ਦੀ ਗੱਲ ਉਸ ਨੂੰ ਭੁੱਲ ਗਈ ਹੈ ਰਜਿੰਦਰ ਅਜੇ ਜਨਰਲ ਬਾਡ ਵਿੱਚ ਨਹੀਂ ਆਈ ਆਪਰੇਸ਼ਨ ਰੂਮ ਦੇ ਨਾਲ ਦੇ ਕਮਰੇ ਵਿੱਚ ਹੈ ਆਪਣੀ ਘਰ ਵਾਲੀ ਦੇ ਨਾਲ ਜਦੋਂ ਉਹ ਰਜਿੰਦਰ ਦੇ ਕਮਰੇ ਵਿੱਚ ਬੜਿਆ ਉਸ ਦੀ ਅੱਖ ਲਕੀ ਹੋਈ ਸੀ ਹੁਣ ਕਹਿਣਾ ਮਤਲਬ ਇਹ ਉਹ ਵਿਚਾਰੀ ਸੁੱਤੀ ਪਈ ਸੀ ਕੁੜੀ ਦੋਵੇਂ ਦੱਬੇਂ ਪੈਰੀ ਬਾਹਰ ਆ ਗਏ ਹੁਣ ਉਸ ਨੇ ਪੈਰੋਲ ਦੀ ਮਨਸੂਖੀ ਦੀ ਗੱਲ ਘਰ ਵਾਲੀ ਨੂੰ ਦੱਸ ਦਿੱਤੀ ਉਹ ਸੁਣਦੇ ਸਾਰ ਹੀ ਬੈਂਚ ਤੇ ਲੰਬੀ ਪੈ ਗਈ ਜੀ ਮੈਂ ਜਨਾਬ ਵਾਸਤੇ ਟਾਂਗਾ ਲਿਆ ਵਾ ਪੁਲਿਸ ਵਾਲੇ ਦੀ ਹਮਦਰਦੀ ਨੇ ਉਸ ਨੂੰ ਇੰਨਾ ਬੇਚੈਨ ਕਰ ਦਿੱਤਾ ਕਿ ਉਸ ਦੇ ਮੂੰਹੋਂ ਕੋਈ ਗੱਲ ਨਾ ਨਿਕਲ ਸਕੇ ਪੁਲਿਸ ਅਫਸਰ ਨੇ ਫਿਰ ਕਿਹਾ ਸਰਕਾਰੀ ਪਰਵਾਨੇ ਮੁਤਾਬਕ ਜਨਾਬ ਨੇ ਪਹਿਲੀ ਗੱਡੀ ਤੇ ਸਿਆਲਕੋਟ ਜਾਣਾ ਹੈ ਅਸੀਂ ਸਵੇਰ ਤੋਂ ਜਨਾਬ ਨੂੰ ਦੇਖਦੇ ਸਾਂ ਹੁਣ ਜਨਾਬ ਦੀ ਗੱਡੀ ਵਿੱਚ ਵਕਤ ਵਕਤ ਥੋੜਾ ਹੈ ਕਹਿਣਾਤਲ ਵੀ ਤਾਂ ਜਾਣ ਦਾ ਸਮਾਂ ਹੋ ਗਿਆ ਸੀ ਦੁਬਾਰਾ ਫਿਰ ਜੀੜ ਦੇ ਵਿੱਚ ਇੱਕ ਫਿਕਰੇ ਵਿੱਚ ਤਿੰਨ ਵਾਰੀ ਜਨਾਬ ਦੇ ਸ਼ਬਦ ਸੁਣ ਕੇ ਉਸ ਦਾ ਹਾਸਾ ਨਿਕਲ ਗਿਆ ਇਹ ਹਾਸਾ ਕੀ ਸੀ ਕੋਈ ਬਹੁਤ ਠੰਡੇ ਪਾਣੇ ਦਾ ਫੁਹਾਰਾ ਜਿਸ ਨੇ ਸੜਦੇ ਸਰੀਰ ਨੂੰ ਬਚਾ ਲਿਆ ਇਸ ਵੇਲੇ 2-4 ਚਿੱਟ ਕੱਪੜੀਏ ਪੁਲਿਸ ਵਾਲੇ ਵੀ ਬੈਂਚ ਦੇ ਨੇੜੇ ਆ ਗਏ ਉਹ ਘਰ ਵਾਲੀ ਨੂੰ ਬੈਂਚ ਤੇ ਲੱਭੀ ਪਈ ਨੂੰ ਛੱਡ ਕੇ ਫਿਰ ਰਜਿੰਦਰ ਤੇ ਕਮਰੇ ਵਿੱਚ ਗਿਆ ਰਜਿੰਦਰ ਨੇ ਪੁੱਲਾ ਜਿਹਾ ਸਿਰ ਉੱਚਾ ਕਰਕੇ ਕਿਹਾ ਪਾਪਾ ਜੀ ਤੁਸੀਂ ਕਿੰਨੇ ਦਿਨ ਮੇਰੇ ਕੋਲ ਰਹਿਣਾ ਹੈ ਮੈਂ ਹੁਣ ਤੇਰੇ ਵਾਸਤੇ ਪਹਾੜ ਤੇ ਕੋਈ ਜਗ੍ਹਾ ਬਣਾਉਣ ਜਾਣਾ ਹੈ ਜਵਾਬ ਸੁਣ ਕੇ ਰਜਿੰਦਰ ਨੇ ਕਿਹਾ ਹਸਤਾਲ ਵਿੱਚ ਨਹੀਂ ਕੋਈ ਬੱਕਰੀ ਜਗ੍ਹਾ ਲੈਣੀ ਉਸ ਦੀ ਘਰ ਵਾਲੀ ਵੀ ਕਮਰੇ ਵਿੱਚ ਆ ਗਈ ਸੀ ਪੁੱਤਰ ਇਹ ਹੁਣ ਤੈਨੂੰ ਪਹਾੜ ਤੇ ਛੱਡ ਕੇ ਹੀ ਵਾਪਸ ਜਾਣਗੇ ਨਰਸ ਦਾ ਇਸ਼ਾਰਾ ਸਮਝ ਕੇ ਦੋਵੇਂ ਕਮਰੇ ਕਮਰੇ ਵਿੱਚੋਂ ਬਾਹਰ ਆਣ ਲੱਗੇ ਤਾਂ ਚੱਲਿਓ ਪਾਪਾ ਜੀ ਦੀ ਆਵਾਜ਼ ਸੁਣ ਕੇ ਦੋਹਾਂ ਨੇ ਫਿਰ ਪਿੱਛੇ ਪੈਰ ਮੋੜ ਲਏ ਪਰ ਰਜਿੰਦਰ ਨੇ ਇਹ ਆ ਕੇ ਅੱਖਾਂ ਮੀਟ ਲਈਆਂ ਸਨ ਤੇ ਚੁੱਪ ਬਟ ਲਈ ਸੀ ਬਾਹਰ ਆਣ ਕੇ ਇੱਕ ਵਾਰ ਫੇਰ ਉਹ ਰਜਿੰਦਰ ਦੇ ਕਮਰੇ ਵਿੱਚ ਗਿਆ ਪਰ ਉਸ ਦੀ ਅੱਖ ਲੱਗੀ ਹੋਈ ਸੀ ਪਿੱਛੇ ਪੱਟ ਕੇ ਦੋ ਦਲਿੰਨਿਆਂ ਵਿੱਚ ਉਹ ਕਦੇ ਕਦਮ ਅੱਗੇ ਪੁੱਟਦਾ ਤੇ ਕਦੇ ਪਿੱਛੇ ਸੋਚਦਾ ਸੋਚਦਾ ਹੀ ਹੌਲੇ ਹੌਲੇ ਹਰਜਿੰਦਰ ਕਬਦੇ ਕਮਰੇ ਤੋਂ ਥੋੜਾ ਜਿਹਾ ਦੂਰ ਚਲਾ ਗਿਆ ਜਨਾਬ ਟਾਂਗਾ ਹਾਜ਼ਰ ਹੈ ਇਸ ਵੇਲੇ ਘਰ ਵਾਲੀ ਦੇ ਹੋਠਾਂ ਨੂੰ ਉਸਨੇ ਆਪਣੇ ਸੱਚੇ ਹੱਥ ਨਾਲ ਦਬਾ ਕੇ ਬੋਲਣ ਨੂੰ ਰੋਕਿਆ ਤੇ ਆਪ ਮਾੜਾ ਜਿਹਾ ਸੋਹਣਾ ਮੂੰਹ ਬਣਾ ਕੇ ਟਾਂਗੇ ਵਿੱਚ ਬਹਿ ਕੇ ਕਹਿਣ ਲੱਗ ਉਹ ਫਿਰ ਮਜਬੂਰੀ ਦੇ ਵਿੱਚ ਆਪਣੀ ਬਿਮਾਰ ਬੱਚੀ ਨੂੰ ਛੱਡ ਕੇ ਵੀ ਉਹ ਪੁਲਿਸ ਦੇ ਨਾਲ ਚਲਾ ਗਿਆ ਸਿਆਲਕੋਟ ਜੇਲ੍ਹ ਦੇ ਦਰਵਾਜ਼ੇ ਤੱਕ ਉਸ ਦਾ ਮਨ ਮਿਓ ਹਸਪਤਾਲ ਦੇ ਵਿੱਚ ਹੀ ਰਿਹਾ ਉਸਨੂੰ ਆਸ ਜੀ ਲੱਗੀ ਰਹੀ ਕਿ ਹੁਣੇ ਸ਼ਾਇਦ ਕਿਸੇ ਸਟੇਸ਼ਨ ਤੇ ਉਸਨੂੰ ਉਤਾਰ ਕੇ ਵਾਪਸ ਭੇਜ ਦਿੱਤਾ ਜਾਵੇ ਤੇ ਕਿਹਾ ਜਾਵੇ ਕਿ ਤੇਰੀ ਪੈਰੋਲ ਦੀ ਮਨਜ਼ੂਕੀ ਦਾ ਹੁਕਮ ਮਨਜ਼ੂਕ ਹੋ ਗਿਆ ਹੈ। ਪੈਰੋਲ ਦੀ ਤਰੀਕ ਵਧਾ ਦਿੱਤੀ ਗਈ ਹੈ। ਆਪਰੇਸ਼ਨ ਤੋਂ ਪਿੱਛੋਂ ਹਰਜਿੰਦਰ ਨਾਲ ਵਧੇਰੇ ਗੱਲ ਨਹੀਂ ਸੀ ਕਰ ਸਕਿਆ। ਪਰ ਜੋ ਗੱਲ ਹੋਈ ਉਸ ਤੋਂ ਉਸਦਾ ਨਿਸ਼ਚੈ ਨਹੀਂ ਸੀ ਬਣਦਾ ਕਿ ਉਸਨੇ ਪਹਾੜ ਤੇ ਜਾ ਕੇ ਜਗ੍ਹਾ ਬਣਾਉਣ ਦੇ ਬਹਾਨੇ ਨਾਲ ਰਜਿੰਦਰ ਨੂੰ ਪਰਚਾ ਲਿਆ ਸੀ। ਰਜਿੰਦਰ ਦੀ ਚੁੱਪ ਔਖਲੇ ਭਰੀ ਸੀ। ਪੈਰੋਲ ਮੰਸੂਖ ਹੋਣ ਦਾ ਭੇਦ ਉਸ ਨੂੰ ਪਤਾ ਨਹੀਂ ਸੀ ਇੱਥੇ ਆ ਕੇ ਜੇਲ੍ਹ ਦੇ ਸਾਥੀਆਂ ਤੋਂ ਉਸ ਨੂੰ ਪਤਾ ਲੱਗਿਆ ਕਿ ਬਾਹਰ ਜਾ ਕੇ ਰਾਜਸੀ ਮੀਟਿੰਗਾਂ ਕਰਨ ਦਾ ਉਸ ਤੇ ਸ਼ੱਕ ਕੀਤਾ ਗਿਆ ਹਾਲਾਂਕਿ ਆਪਾਂ ਦੇਖਿਆ ਘਾਣੇ ਦੇ ਵਿੱਚ ਉਹ ਵਿਚਾਰਾ ਆਪਣੇ ਪਰਿਵਾਰ ਦੇ ਵਿੱਚ ਹੀ ਜਿਹੜਾ ਹੈ ਦੁਖੀ ਸੀਗਾ ਮਤਲਬ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀਗਾ ਤਾਂ ਵੀ ਉਹਦੇ ਤੇ ਸ਼ੱਕ ਕੀਤਾ ਗਿਆ ਇਸ ਕਰਕੇ ਉਹਦੀ ਪੈਰੋਲ ਜਿਹੜੀ ਹੈ ਰੱਦ ਕਰ ਦਿੱਤੀ ਗਈ ਸੀ ਅੱਜ 8 ਮਈ ਹੈ ਮਹਾਤਮਾ ਗਾਂਧੀ ਰਹਾ ਹੋ ਕੇ ਪ੍ਰਾਣਕੁਟੀ ਪੁੱਜੇ ਤੇ ਉਹ ਸਿਆਲਕੋਟ ਦੀ ਜੇਲ੍ਹ ਦੀ ਕੋਠੀ ਨੰਬਰ 8 ਵਿੱਚ ਸਾਥੀਆਂ ਵੱਲੋਂ ਪੁੱਛਾਂ ਦੇ ਉੱਤਰ ਦਿੰਦਾ ਉਹ ਥੱਕ ਗਿਆ ਪਰ ਉਸ ਨੂੰ ਆਪਣੇ ਮਨ ਦੀ ਪੁੱਛਦਾ ਜਵਾਬ ਨਹੀਂ ਮਿਲ ਰਿਹਾ ਸੀ ਉਹ ਸੋਚਦਾ ਹੈ ਕਿ ਪਾਰਲ ਤੇ ਨਾ ਜਾਣਾ ਚੰਗਾ ਸੀ ਕਿਉਂਕਿ ਉਸ ਵੇਲੇ ਮਨ ਦੀ ਅਵਸਥਾ ਹੁਣ ਨਾਲੋਂ ਚੰਗੀ ਸੀ ਮਤਲਬ ਉਹਦਾ ਮਨ ਹੁਣ ਪਟ ਗਿਆ ਸੀ ਆਪਣੀ ਬਿਮਾਰ ਬੱਚੀ ਨੂੰ ਦੇਖ ਕੇ ਉਸ ਤੋਂ ਪਹਿਲਾਂ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਸੀ ਤਾਂ ਕੋਠੀ ਵਿੱਚ ਉੱਚੀ ਜਗ੍ਹਾ ਤੇ ਬੜੀ ਥੜੀ ਪਰ ਸ਼ਬਦਾਰਥ ਦੀਆਂ ਪੋਥੀਆਂ ਪਈਆਂ ਸਨ ਛੱਤ ਵਿੱਚ ਲੱਗੇ ਚਿੜੀ ਦੇ ਆਲਣੇ ਤੋਂ ਕੱਖਖਾਨਾ ਨੇ ਡਿਗ ਡਿਕੇ ਪੋਥੀਆਂ ਦੇ ਚਿੱਟੇ ਰਮਾਲਾ ਨੂੰ ਖਰਾਬ ਕਰ ਦਿੱਤਾ ਸੀ ਉਸ ਨੇ ਕੱਖਖਾਨ ਮਿੱਟੀ ਝਾੜ ਕੇ ਮੋੜ ਰਮਾਲ ਬੰਨਣ ਲੱਗਿਆ ਪੋਥੀ ਖੋਲ ਕੇ ਇੱਕ ਇੱਕ ਸ਼ਬਦ ਪੜਨ ਦਾ ਯਤਨ ਕੀਤਾ ਆਲਣੇ ਵਿੱਚੋਂ ਇੱਕ ਬੋਟ ਥੱਲੇ ਆ ਪਿਆ ਉਸ ਨੇ ਪੋਥੀ ਹੱਥੋਂ ਰੱਖ ਦਿੱਤੀ ਆਲਣੇ ਤੋਂ ਡਿੱਗੇ ਬੋਟ ਨੂੰ ਝਟ ਕੀੜੀਆਂ ਨੇ ਘੇਰ ਲਿਆ ਚੀਂ-ਚੀਂ ਕਰਦੀ ਬਾਹਰੋਂ ਆਈ ਚਿੜੀ ਨੇ ਬੋਟ ਦੇ ਮੂੰਹ ਵਿੱਚ ਦਾਣਾ ਪਾਇਆ ਹੁਣ ਬੋਟ ਕੀ ਹੁੰਦਾ ਉਹ ਪੰਛੀ ਦਾ ਉਹ ਬੱਚਾ ਨਿਕਾਜਿਆ ਜਿਹੜਾ ਅੰਡੇ ਚੋਂ ਨਿਕਲਦਾ ਹੈ ਜਿਸਦੇ ਹਲੇ ਖੰਭ ਨਹੀਂ ਆਏ ਹੁੰਦੇ ਮਤਲਬ ਬਿਲਕੁਲ ਅਲੂਆ ਜਿਹਾ ਹੁੰਦਾ ਹੈ ਤੇ ਉਹ ਬੋਟ ਥੱਲੇ ਕਰ ਗਿਆ ਤੇ ਉਸ ਨੂੰ ਕੀੜੀਆਂ ਨੇ ਘੇਰ ਲਿਆ ਹੋਇਆ ਸੀਗਾ ਤੇ ਫਿਰ ਚਿੜੀ ਨੇ ਬੋਟ ਦੇ ਮੂੰਹ ਚ ਦਾਣਾ ਪਾਇਆ ਬੋਟ ਵਿੱਚ ਜਾਨ ਫਿਰ ਪਈ ਚਿੜੀ ਨੇ ਉਸ ਬੋਟ ਨੂੰ ਸੰਭਾਲ ਕੇ ਆਲੇ ਤੇ ਰੱਖਿਆ ਕੋਠੀ ਵਿੱਚ ਇੱਕਠੇ ਬਿਸਤਰੇ ਤੇ ਬਹੁਤ ਸਾਰੇ ਕੱਖ ਕੰਨਾ ਤੇ ਮਿੱਟੀ ਸਮੇਤ ਇੱਕ ਹੋਰ ਬੋਟ ਆਣ ਡਿਗਿਆ ਇਹ ਜ਼ਰਾ ਵੱਡਾ ਹੈ ਚਿੜੀ پاسੋਂ ਚੁੱਕਿਆ ਨਹੀਂ ਜਾਂਦਾ ਜਿਹੜਾ ਘਰ ਹੈ ਨਹੀਂ ਉਹ ਚਿੜੀ ਦੀ ਮਦਦ ਲਈ ਹੱਥ ਨਹੀਂ ਵਧਾਉਂਦਾ ਡਰਦਾ ਹੈ ਅੱਗੇ ਇੱਕ ਵਾਰ ਇਸਨੇ ਇਸ ਤਰ੍ਹਾਂ ਦੇ ਡਿਗੇ ਹੋਏ ਬੋਟ ਵੱਲ ਹੱਥ ਵਧਾਇਆ ਸੀ ਤਾਂ ਚਿੜੀ ਚੀਂ-ਚੀਂ ਕਰਕੇ ਫਾਵੀ ਹੋਈ ਜ਼ਮੀਨ ਤੇ ਲੇਟ ਗਈ ਸੀ ਮਤਲਬ ਉਹਨੂੰ ਡਰ ਲੱਗਦਾ ਸੀਗਾ ਵੀ ਚਿੜੀ ਵਿਚਾਰੀ ਡਾਜ ਜਾਂਦੀ ਹੈ ਜਦੋਂ ਉਹ ਉਸਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਅੱਜ ਫੇਰ ਚਿੜੀ ਬੇਹਾਲ ਹੋ ਕੇ ਥੱਕ ਗਈ ਵੱਡਾ ਬੋਟ ਉਸ ਤੋਂ ਚੁੱਕਿਆ ਨਾ ਗਿਆ ਚੂਰ ਹੋਈ ਅਥੂਆਂ ਭਰੀਆਂ ਅੱਖਾਂ ਨਾਲ ਇਸ ਵੱਲ ਵੇਖ ਰਹੀ ਹੈ ਇਸ ਨੇ ਹੌਸਲਾ ਕਰਕੇ ਉਸ ਦਾ ਬੋਟ ਆਲਣੇ ਦੇ ਨੇੜੇ ਆਲੇ ਵਿੱਚ ਦੂਜੇ ਨਿੱਕੇ ਬੋਟ ਨਾਲ ਰੱਖ ਦਿੱਤਾ ਚੀੜੀ ਨੇ ਮਾਨੋ ਸਿਰ ਹਿਲਾ ਕੇ ਧੰਨਵਾਦ ਕੀਤਾ ਕੋਠੀ ਦੇ ਇਸ ਆਲਣੇ ਨੇ ਕਈ ਵਾਰ ਇਸ ਦਾ ਬਿਸਤਰਾ ਖਰਾਬ ਕੀਤਾ ਮਿੱਠਾ ਨਾਲ ਕਿਤਾਬਾਂ ਗੰਦੀਆਂ ਕੀਤੀਆਂ ਆਲਣੇ ਨੂੰ ਪੁੱਟ ਸੁਟਣ ਦਾ ਇਸ ਵਿੱਚ ਕਈ ਵਾਰ ਪੱਕਾ ਇਰਾਦਾ ਉਸ ਨੇ ਕੀਤਾ ਸੀ ਰੱਬੋਂ ਹੀ ਇਹ ਕੰਮ ਰਹਿੰਦਾ ਰਿਹਾ। ਮਤਲਬ ਕਹਿੰਦਾ ভাব ਕੀ ਉਹਦੀ ਜਿਹੜੀ ਗੇਲ ਦੀ ਕੋਠੜੀ ਸੀ ਉਹਦੇ ਵਿੱਚ ਜੜੀਆਂ ਦਾ ਹਾਲਣਾ ਸੀਗਾ ਤੇ ਉਹਨੂੰ ਗੰਦਾ ਵੀ ਕਰ ਦਿੰਦੇ ਸੀਗੇ ਪਰ ਉਹ ਕਈ ਵਾਰ ਕਹਿੰਦਾ ਸੀ ਵੀ ਮੈਂ ਜੜੀਆਂ ਦਾ ਹਾਲਣਾ ਤੋੜ ਦਿਆਂਗਾ ਪਰ ਫੇਰ ਉਹ ਇਹ ਕੰਮ ਕਰ ਨਹੀਂ ਸਕਿਆ ਸੀ। ਤੇ ਹੁਣ ਵੀ ਜਿਹੜਾ ਹੈ ਉਹ ਇਸ ਚੀਜ਼ ਨੂੰ ਦੇਖ ਕੇ ਬੜਾ ਜ਼ਮਾਨ ਖਰਾਬ ਹੁੰਦਾ ਹੈਗਾ। ਰਾਤ ਗੱਡੀ ਵਿੱਚ ਉਹ ਨਿੰਦੇ ਰਹਿਣ ਕਰਕੇ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਲੰਬਾ ਪਿਆ ਤਾਂ ਅੱਖ ਲੱਗ ਗਈ। ਇੱਕ ਹੋਰ ਬੋਟ ਉਸ ਦੀ ਛਾਤੀ ਤੇ ਆਣ ਲੱਗ ਗਿਆ। ਉਤਰਾਵ ਕੇ ਉੱਠਿਆ ਤੇ ਵੋਟ ਚੁੱਕ ਕੇ ਉਸ ਆਲੇ ਵਿੱਚ ਰੱਖ ਦਿੱਤਾ ਜਿੱਥੇ ਚਿੜੀ ਅੱਗੇ ਦੋ ਵੋਟ ਪਰਾਂ ਹੇਠ ਲੁਕਾਈ ਬੈਠੀ ਸੀ ਅੱਖਾਂ ਮਲ ਕੇ ਫਿਰ ਉਸ ਨੇ ਸੌਣ ਦਾ ਯਤਨ ਕੀਤਾ ਪਰ ਇੱਕ ਸਾਥੀ ਰੋਟੀ ਲੈ ਬਣਾਉਣ ਆ ਗਿਆ ਉਹ ਵੀ ਇਸ ਵਾਤਾਵਰਣ ਤੋਂ ਛਟਕਾਰਾ ਪਾਉਣਾ ਚਾਹੁੰਦਾ ਸੀ ਜਦੋਂ ਉਹ ਮੁੜ ਕੇ ਕੋਠੀ ਵਿੱਚ ਆਇਆ ਤਾਂ ਚਿੜੀ ਉਸਦੇ ਬਿਸਤਰੇ ਤੋਂ ਪਰਾਂ ਨਾਲ ਮਿੱਟੀ ਝਾੜ ਰਹੀ ਸੀ ਤੇ ਚੁੰਝ ਨਾਲ ਕੱਖ ਚੁੰੜ ਰਹੀ ਸੀ ਵੋਟ ਹੁਣ ਆਲੇ ਵਿੱਚ ਨੇ ਆਲੇ ਵਿੱਚ ਨਹੀਂ ਸਨ ਸਗੋਂ ਆਲੇ ਵਿੱਚ ਮਿੱਠੇ-ਮਿੱਠੇ ਅ ਜਿੰਜਿੰਪੈ ਕਰਦੇ ਸਨ ਇਓਂ ਜਾਪਿਆ ਕਿ ਜੜਾ ਆ ਕੇ ਫੇਰ ਚਲਾ ਗਿਆ ਹੈ ਕਾਹਰੇ ਮਨ ਚਿਤਵੈ ਉਦਮਨ ਜਾ ਅਹਰ ਜਿਓ ਪਰਿਆ ਅੱਜ ਸ਼ਾਮ ਨੂੰ ਰਹਿ ਰਾਸਤਾ ਪਾਠ ਕਰਦੇ ਹਾਂ ਉਹ ਇਸ ਤੁਕ ਧਿਆਨ ਕੇ ਰੁਕ ਗਿਆ ਇੰਜ ਰੁਕ ਗਿਆ ਇੰਜਰੂ ਕਿਹਾ ਕਿ ਰੈ ਰਸਤਾ ਬਾਕੀ ਪਾਟ ਸੁਣ ਰਹੇ ਸਾਥੀਆਂ ਵਿੱਚੋਂ ਇੱਕ ਸਾਥੀ ਨੇ ਪੂਰਾ ਕੀਤਾ ਅਰਦਾਸ ਵੇਲੇ ਵੀ ਉਹ ਉੱਪਰਲੀ ਧੋਖੀ ਗੂੰਗੜਾਉਂਦਾ ਰਿਹਾ ਪਿੱਛੋਂ ਵੀ ਖਬਰੇ ਕਿਸ ਵੇਲੇ ਤੱਕ ਤਾਂ ਕਹਿਣ ਦਾ ਬਾਪ ਕੀ ਹੈ ਇਹ ਕਹਾਣੀ ਸੀਗੀ ਆਹਲਣੇ ਦੇ ਬੋਟ ਤਾਂ ਇਸ ਕਹਾਣੀ ਦਾ ਜੋ ਨਾਇਕ ਹੈ ਜੋ ਕੈਦ ਵਿੱਚ ਹੁੰਦਾ ਹੈ ਰਾਜਸੀ ਕਾਇਦ ਕਰਕੇ ਹਨ ਤੇ ਉਸ ਦੀ ਜੋ ਘਰ ਦੀ ਅਵਸਥਾ ਹੈ ਬੱਚੇ ਬਿਮਾਰ ਹੋਣ ਕਰਕੇ ਹਨ ਉਸ ਦਾ ਮਨ ਬੜਾ ਦੁਖੀ ਸੀਗਾ ਅ ਪਰ ਫਿਰ ਵੀ ਉਹ ਜੀੜੀ ਦੇ ਬੱਚਿਆਂ ਵੱਲ ਦੇਖ ਕੇ ਉਸ ਦੇ ਮਨ ਦੇ ਵਿੱਚ ਭਾਵਨਾ ਆਉਂਦੀ ਹੈ ਵੀ ਜਿਸ ਤਰ੍ਹਾਂ ਜਿਹੜੀ ਹੈ ਆਪਣੇ ਬੱਚਿਆਂ ਨੂੰ ਸੰਭਾਲ ਰਹੀ ਹੈ ਇਸ ਤਰ੍ਹਾਂ ਹੀ ਉਸ ਦੀ ਪਤਨੀ ਵੀ ਉਸ ਦੇ ਬੱਚਿਆਂ ਨੂੰ ਸੰਭਾਲ ਲਵੇਗੀ ਤੇ ਪ੍ਰਮਾਤਮਾ ਵੀ ਉਸ ਦਾ ਜਰੂਰ ਹੀ ਜਰੂਰ ਸਾਥ ਦੇਵੇਗਾ ਤਾਂ ਫਿਰ ਉਸ ਨੂੰ ਜਿਹੜਾ ਹੈ ਆਪਣਾ ਜਿਹੜਾ ਸਾਰਾ ਤਕਲੀਫ ਹੈ ਚਿੰਤਾ ਹੈ ਫਿਕਰ ਹੈ ਉਹ ਇਸ ਪਾਵਨ ਦੇ ਨਾਲ ਉਹ ਖਤਮ ਹੋ ਜਾਂਦਾ ਹੈ ਜਿਵੇਂ ਉਹ ਰਹਾ ਰਸ ਦੇ ਸਭ ਦੇ ਵਿੱਚ ਜੋ ਲਾਈਨ ਸੀਗੀ ਬਈ ਕਾਹਿਰੇ ਮਨ ਚਤਵ ਉਦਮੰਜਾ ਹਰ ਹਰ ਜਿਉ ਭਰਿਆ ਤਾਂ ਇਸ ਤਰ੍ਹਾਂ ਜਿਹੜਾ ਹੈ ਉਸ ਦੇ ਢਾਂ ਦੇ ਹੋ ਮਨ ਹੌਸਲਾ ਮਿਲਿਆ ਤਾਂ ਤਾਂ ਸੀ ਕਹਾਣੀ ਆਲਣੇ ਦੇ ਬੁੱਠ ਜੋ ਕਿ ਸਾਡੀ ਸਿਲੇਬਸ ਦੇ ਵਿੱਚ ਦਰਜ ਹੈਗੀ ਹੈ ਉਮੀਦ ਕਰਦੀ ਹੈਗੀਆ ਕਹਾਣੀ ਤੁਹਾਨੂੰ ਸਮਝ ਲੱਗੀ ਹੋਵੇਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਨਾ ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਬੇਟਾ ਜੇਕਰ ਚੈਨਲ ਤੇ ਨਵੇਂ ਆਏ ਹੈਗੇ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ ਤੇ 4th semesters ਦਾ ਜਨਰਲ ਪੰਜਾਬੀ ਦਾ ਸਾਰਾ ਕੰਮ ਪਾਇਆ ਹੋਇਆ ਹੈਗਾ ਔਰ ਹੁਣ ਚੌਥੀ ਪੰਜਾਬੀ ਦਾ ਕੰਮ ਸ਼ੁਰੂ ਕੀਤਾ ਹੈਗਾ ਉਮੀਦ ਕਰਦੀ ਹੈ ਹੈਗੀਆਂ ਤੁਹਾਡੇ ਲਈ ਲਾਭਦਾਖ ਹੋਊਗਾ ਤੇ ਜਾਣ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਫਿਰ ਮਿਲਦੇ ਹੈਗੇ ਅਗਲੀ ਵੀਡੀਓ